ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਇੱਕ ਹੋਰ ਟੈਰੋ ਰੀਡਿੰਗ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੀ ਰੀਡਿੰਗ ਵਿੱਚ ਅਸੀਂ ਦੇਖਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਪਰਮਾਤਮਾ, ਯੂਨੀਵਰਸ, ਬ੍ਰਹਮਾਨ, ਅੱਲਾ, ਈਸ਼ਵਰ, ਉਹਨਾਂ ਨੇ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੈ, ਐਸਾ ਕੀ ਲਿਖਿਆ ਹੈ ਜੋ ਹੋ ਕੇ ਹੀ ਰਹੇਗਾ। ਤੁਹਾਡੀ ਕਿਸਮਤ ਕੀ ਹੈ, ਤੁਹਾਡੀ ਡੈਸਟੀਨੀ ਕੀ ਹੈ, ਠੀਕ ਹੈ। ਅੱਜ ਅਸੀਂ ਤੁਹਾਡੀ ਰਾਸ਼ੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ, ਠੀਕ ਹੈ, ਪਾਇਲ ਨੰਬਰ 1 ਤੇ ਪਾਇਲ ਨੰਬਰ 2। ਇਹਨਾਂ ਦੋਨਾਂ ਵਿੱਚੋਂ ਜਿਹੜੀ ਤੁਹਾਡੀ ਰਾਸ਼ੀ ਹੈ ਉਹ ਤੁਸੀਂ ਪਾਇਲ ਚੁਣ ਲੈਣਾ ਹੈ। ਪਾਇਲ ਨੰਬਰ 1 ਵਿੱਚ ਰਾਸ਼ੀਆਂ ਹਨ ਮੇਖ, ਏਰੀਸ, ਸਿੰਘ ਰਾਸ਼ੀ ਲੀਓ, ਤਨੂ ਰਾਸ਼ੀ ਸੈਜੀਟੇਰੀਅਸ, ਰਿਸ਼ਭ ਯਾਨੀ ਕਿ ਟੌਰਸ, ਕੰਨਿਆ ਰਾਸ਼ੀ ਵਿਰਗੋ ਤੇ ਮਕਰ ਰਾਸ਼ੀ ਯਾਨੀ ਕਿ ਕੈਪਰੀਕੋਨ। ਤੇ ਪਾਇਲ ਨੰਬਰ 2 ਵਿੱਚ ਰਾਸ਼ੀਆਂ ਹਨ ਮਿਥੁਨ ਯਾਨੀ ਕਿ ਜੈਮਿਨਾਈ, ਤੁਲਾ, ਲਿਬਰਾ ਰਾਸ਼ੀ, ਕੁੰਭ, ਐਕਵੇਰੀਅਸ ਰਾਸ਼ੀ, ਕਰਕ ਕੈਂਸਰ, ਵ੍ਰਿਸ਼ਚਿਕ ਰਾਸ਼ੀ, ਸਕੋਰਪੀਓ, ਮੀਨ ਯਾਨੀ ਕਿ ਪਾਇਸਿਸ। ਤੇ ਇਹ ਪਾਇਲ ਨੰਬਰ 1 ਤੇ ਪਾਇਲ ਨੰਬਰ 2 ਵਿੱਚ ਜਿਹੜੀ ਤੁਹਾਡੀ ਰਾਸ਼ੀ ਹੈ ਉਸ ਪਾਇਲ ਨੂੰ ਤੁਸੀਂ ਚੁਣ ਲੈਣਾ ਹੈ। ਤੇ ਚਲੋ ਜੀ, ਅੱਖਾਂ ਬੰਦ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਮੇਰੇ ਨਾਲ ਕਨੈਕਟ ਹੋ ਜਾਓ। ਆਪਣੀ ਐਨਰਜੀਸ ਤੁਸੀਂ ਮੇਰੇ ਨਾਲ ਜ਼ਰੂਰ ਜੋੜਨੀਆਂ ਹੈ। ਇਸ ਦੇ ਵਾਸਤੇ ਤੁਹਾਨੂੰ ਕਮੈਂਟ ਜ਼ਰੂਰ ਕਰਨਾ ਹੈ ਜੀ, ਤਾਂ ਤੁਹਾਨੂੰ ਬਿਲਕੁਲ ਜੋ ਵੀ ਸੱਚਾਈ ਹੈ ਨਾ ਉਹ ਰੈਜ਼ੋਨੇਟ ਕਰਦੀ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹਰ ਵਾਰੀ ਕਹਿੰਦੀ ਹਾਂ, ਜਨਰਲ ਰੀਡਿੰਗ ਹੁੰਦੀ ਹੈ ਤਾਂ ਹੋ ਸਕਦਾ ਹੈ ਕੁਝ ਚੀਜ਼ਾਂ ਤੁਹਾਨੂੰ ਰੈਜ਼ੋਨੇਟ ਕਰਨ, ਕੁਝ ਨਾ ਕਰਨ। ਤੇ ਤੁਸੀਂ ਇਸ ਨੂੰ ਵੀਡੀਓ ਨੂੰ ਇੱਕ ਓਪਨ ਮਾਈਂਡ ਨਾਲ ਦੇਖਣਾ ਹੈ ਜੀ। ਤੇ ਚਲੋ ਜੀ, ਮੈਂ ਸ਼ੁਰੂ ਕਰਦੀ ਹਾਂ। ਸਭ ਤੋਂ ਪਹਿਲੇ ਅਸੀਂ ਦੇਖਾਂਗੇ ਪਾਇਲ ਨੰਬਰ 1, ਠੀਕ ਹੈ। ਪਾਇਲ ਨੰਬਰ 1 ਦੀ ਰੀਡਿੰਗ ਅਸੀਂ ਕਰਾਂਗੇ ਕਿ ਉਹਨਾਂ ਦੀ ਕਿਸਮਤ ਵਿੱਚ ਐਸਾ ਕੀ ਲਿਖਿਆ ਹੈ ਜੋ ਹੋ ਕੇ ਹੀ ਰਹੇਗਾ। ਓਕੇ, ਠੀਕ ਹੈ ਜੀ। ਦੇਖੋ ਜੀ, ਪਾਇਲ ਨੰਬਰ 1, ਤੁਹਾਡੀ ਜੋ ਕਿਸਮਤ ਹੈ ਨਾ, ਮੈਨੂੰ ਬਹੁਤ ਜ਼ਿਆਦਾ ਮਜ਼ਬੂਤ, ਬਹੁਤ ਜ਼ਿਆਦਾ ਸਟਰੋਂਗ, ਬਲਸ਼ਾਲੀ ਨਜ਼ਰ ਆ ਰਹੀ ਹੈ। ਤੁਹਾਡੀ ਕਿਸਮਤ ਵਿੱਚ ਬਹੁਤ ਜ਼ਿਆਦਾ ਅੱਛੀਆਂ ਅੱਛੀਆਂ ਚੀਜ਼ਾਂ ਲਿਖੀਆਂ ਹਨ। ਹਾਂ, ਲੇਕਿਨ ਇੱਥੇ ਦੁੱਖ ਵੀ ਨਜ਼ਰ ਆ ਰਹੇ ਹਨ। ਦੇਖੋ, ਸੁੱਖ ਤੇ ਦੁੱਖ ਸਾਡੀ ਲਾਈਫ ਦੇ ਕਹਿ ਸਕਦੇ ਹਾਂ ਕਿ ਦੋਨੋਂ ਹੀ ਇੱਕ ਐਸੇ ਪਲੜੇ ਹਨ ਜੋ ਕਿ ਸਾਡੀ ਜ਼ਿੰਦਗੀ ਵਿੱਚ ਚੱਲਦੇ ਹਨ। ਸੁੱਖ ਦੇ ਨਾਲ ਦੁੱਖ ਵੀ ਆਉਂਦੇ ਹਨ, ਪਰ ਇੱਥੇ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਇਹ ਜੋ ਦੁੱਖ ਨਜ਼ਰ ਆ ਰਿਹਾ ਹੈ, ਇਹ ਕੋਈ ਦੁੱਖ ਜਾਂ ਤਣਾਅ ਇੰਨਾ ਵੱਡਾ ਨਹੀਂ ਹੈ। ਪਾਇਲ ਨੰਬਰ 1, ਇਸ ਤਰ੍ਹਾਂ ਕਹਿ ਸਕਦੇ ਹੋ ਕਿ ਕੁਝ ਸਮੇਂ ਵਾਸਤੇ ਉਹ ਗ੍ਰਹਿਣ ਲੱਗੇਗਾ ਕੁਝ ਚੀਜ਼ਾਂ ਜੋ ਤੁਹਾਨੂੰ ਪਰੇਸ਼ਾਨ ਕਰਨਗੀਆਂ, ਪਰ ਅੱਗੇ ਜਾ ਕੇ ਤੁਹਾਡਾ ਸਮਾਂ ਬਹੁਤ ਅੱਛਾ ਹੈ। ਪਾਇਲ ਨੰਬਰ 1, ਤੁਹਾਡੀ ਲਾਈਫ ਵਿੱਚ ਕੁਝ ਇੱਕ ਐਸਾ ਇਨਸਾਨ ਆਉਣ ਵਾਲਾ ਹੈ, ਬਹੁਤ ਹੀ ਅੱਛਾ ਤੇ ਸੱਚਾ ਪਿਆਰ ਤੁਹਾਡੀ ਕਿਸਮਤ ਵਿੱਚ ਲਿਖਿਆ ਹੈ, ਠੀਕ ਹੈ। ਇਹ ਜੋ ਇਨਸਾਨ ਹੈ ਨਾ, ਮਾਂ ਦੇ ਰੂਪ ਵਿੱਚ ਸਮਝ ਲਓ ਕਿ ਮਾਂ ਵਰਗੀ ਤੁਹਾਡੀ ਕੇਅਰ ਕਰੇਗਾ, ਤੁਹਾਨੂੰ ਪਿਆਰ ਦੇਗਾ, ਬਲਕਿ ਤੁਹਾਨੂੰ ਸੰਭਾਲ ਲਏਗਾ। ਜੇਕਰ ਤੁਸੀਂ ਮੇਲ ਹੋ, ਮੇਰੀ ਵੀਡੀਓ ਦੇਖ ਰਹੇ ਹੋ, ਤਾਂ ਇਹ ਜੋ ਲੇਡੀ ਤੁਹਾਡੀ ਲਾਈਫ ਵਿੱਚ ਆਏਗੀ ਨਾ, ਤੁਹਾਡੀ ਕਹਿੰਦੇ ਆ ਨਾ ਕਿ ਕਿਸੇ ਦੇ ਆਉਣ ਨਾਲ ਕਹਿੰਦੇ ਆ ਕਿ ਅਸੀਂ ਸਾਡੇ ਘਰ ਵਿੱਚ ਤਾਂ ਲਕਸ਼ਮੀ ਆ ਗਈ, ਸਾਡੀ ਕਿਸਮਤ ਹੀ ਬਦਲ ਗਈ। ਬਸ ਉਸੀ ਤਰ੍ਹਾਂ ਇਹ ਲੇਡੀ ਤੁਹਾਡੇ ਘਰ ਆਉਣ ਵਾਲੀ ਹੈ, ਤੁਹਾਨੂੰ ਮਿਲਣ ਵਾਲੀ ਹੈ, ਜਿਸ ਦੇ ਨਾਲ ਜੋ ਤੁਹਾਡਾ ਭਾਗ ਬਦਲ ਜਾਏਗਾ, ਬਹੁਤ ਜ਼ਿਆਦਾ ਤੁਹਾਡਾ ਤੁਹਾਨੂੰ ਪਿਆਰ ਕਰੇਗੀ, ਬਹੁਤ ਹੀ ਸੁਲਝੀ ਔਰ ਸਾਫ਼ ਦਿਲ ਵਾਲੀ ਲੇਡੀ ਹੋਏਗੀ। ਤੇ ਸੇਮ ਜੇ ਇੱਥੇ ਫੀਮੇਲ ਹੈ ਜੋ ਮੇਰੀ ਵੀਡੀਓ ਦੇਖ ਰਹੇ ਹਨ, ਲੇਡੀਜ਼ ਹਨ, ਤਾਂ ਉਹਨਾਂ ਦੀ ਲਾਈਫ ਵਿੱਚ ਇੱਕ ਐਸਾ ਜੈਂਟਸ, ਇੱਕ ਐਸਾ ਪੁਰਸ਼ ਆਉਣ ਵਾਲਾ ਹੈ ਜੋ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰੇਗਾ, ਠੀਕ ਹੈ। ਜਿਸ ਤਰ੍ਹਾਂ ਕਿ ਮੈਂ ਕਿਹਾ, ਮਾਂ ਵਾਂਗ, ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪਿਆਰ ਕਰਦੀ ਹੈ, ਕੇਅਰ ਕਰਦੀ ਹੈ, ਅਨਕੰਡੀਸ਼ਨਲੀ, ਹੈ ਨਾ, ਕੋਈ ਮਤਲਬ ਨਹੀਂ ਹੁੰਦਾ ਉਸਦਾ, ਮਾਂ ਦਾ, ਆਪਣੇ ਬੱਚੇ ਨੂੰ ਪਿਆਰ ਕਰਨ ਦਾ। ਬਸ ਸੇਮ ਇਸੀ ਤਰ੍ਹਾਂ ਤੁਹਾਡੀ ਲਾਈਫ ਵਿੱਚ ਉਹ ਇਨਸਾਨ ਆਏਗਾ ਜੋ ਤੁਹਾਨੂੰ ਬੱਚਿਆਂ ਵਾਂਗ ਤੁਹਾਨੂੰ ਸੰਭਾਲ ਲਏਗਾ, ਤੁਹਾਡੀ ਕੇਅਰ ਕਰੇਗਾ।
ਉਹ ਇਨਸਾਨ ਬਹੁਤ ਜ਼ਿਆਦਾ ਖੁਸ਼ ਮਿਜ਼ਾਜ ਹੋਏਗਾ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਖੁਸ਼ ਰੱਖੇਗਾ। ਸੋ ਪਾਇਲ ਨੰਬਰ 1 ਇਹ ਪਹਿਲੀ ਚੀਜ਼ ਆਈ ਹੈ ਜੋ ਵੀ ਰਾਸ਼ੀਆਂ ਹਨ ਕਿ ਤੁਹਾਡੀ ਲਾਈਫ ਵਿੱਚ ਇੱਕ ਅੱਛਾ ਤੇ ਸੱਚਾ ਪਿਆਰ ਲਿਖਿਆ ਹੋਇਆ ਹੈ। ਇਨ ਸ਼ਾਰਟ ਵਿੱਚ ਕਹਿ ਸਕਦੇ ਹਾਂ ਕਿ ਲਾਈਫ ਪਾਰਟਨਰ ਤੁਹਾਨੂੰ ਬਹੁਤ ਅੱਛਾ ਮਿਲੇਗਾ। ਓਕੇ, ਦੇਖੋ ਤੁਹਾਡੇ ਵਾਸਤੇ ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਜੋ ਪਾਇਲ ਨੰਬਰ 1 ਵਾਲਿਆਂ ਵਾਸਤੇ ਜੋ ਮੇਰੀ ਵੀਡੀਓ ਦੇਖ ਰਹੇ ਹਨ ਕਿ ਤੁਸੀਂ ਬਹੁਤ ਅੱਛੇ ਬਿਜ਼ਨਸਮੈਨ ਬਣੋਗੇ। ਠੀਕ ਹੈ, ਕਿਉਂਕਿ ਇੱਥੇ ਦਿਖਾਈ ਦੇ ਰਿਹਾ ਹੈ ਕਿ ਤੁਹਾਡਾ ਜੋ ਇੰਟਰਸਟ ਹੈ ਨਾ, ਜੋ ਵੀਡੀਓਜ਼ ਦੇਖ ਰਹੇ ਹਨ ਪਾਇਲ ਨੰਬਰ 1, ਉਹਨਾਂ ਦਾ ਬਿਜ਼ਨਸ ਵਪਾਰ ਕਰਨ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ, ਕਿਉਂਕਿ ਇੱਥੇ ਇਹ ਦਿਖਾਈ ਦੇ ਰਿਹਾ ਕਿ ਤੁਸੀਂ ਨਾ ਬਹੁਤ ਜ਼ਿਆਦਾ ਸ਼ਾਰਪ ਹੋ, ਮਾਇੰਡ ਤੁਹਾਡਾ ਬਹੁਤ ਜ਼ਿਆਦਾ ਤੇਜ਼ ਹੈ, ਤੁਹਾਡੇ ਵਿੱਚ ਜੋ ਤੁਹਾਡੀ ਯਾਦ ਸ਼ਕਤੀ ਹੈ ਨਾ, ਯਾਦਾਸ਼ ਬਹੁਤ ਤੇਜ਼ ਹੈ। ਕੁਝ ਅਗਰ ਐਸੀ ਘਟਨਾ ਹੋਈ ਹੁੰਦੀ ਹੈ ਨਾ ਜੋ ਕਿ ਭਾਵੇਂ ਬਚਪਨ ਵਿੱਚ ਹੋਈ ਹੋਵੇ ਪਰ ਤੁਹਾਨੂੰ ਯਾਦ ਰਹਿੰਦੀ ਹੈ। ਜੇਕਰ ਇਹ ਤੁਹਾਡੇ ਨਾਲ ਕਨੈਕਟ ਕੀਤਾ ਹੈ ਤਾਂ ਪਾਇਲ ਨੰਬਰ 1 ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਕਿਉਂਕਿ ਇੱਥੇ ਨਜ਼ਰ ਆ ਰਿਹਾ ਹੈ ਕਿ ਤੁਹਾਡੀ ਸਮਰਨ ਸ਼ਕਤੀ, ਠੀਕ ਹੈ, ਮੈਮਰੀ ਤੁਹਾਡੀ ਬਹੁਤ ਤੇਜ਼ ਹੈ, ਤੁਹਾਨੂੰ ਪੁਰਾਣੀਆਂ ਗੱਲਾਂ ਵੀ ਹਮੇਸ਼ਾ ਯਾਦ ਰਹਿੰਦੀਆਂ ਹਨ। ਤੇ ਇਸ ਦੇ ਨਾਲ ਨਾਲ ਬਿਜ਼ਨਸਮੈਨ ਤੁਸੀਂ ਬਹੁਤ ਜ਼ਿਆਦਾ ਸਕਸੈਸ ਬਿਜ਼ਨਸਮੈਨ ਬਣੋਗੇ, ਇਸ ਤਰ੍ਹਾਂ ਦਾ ਵੀ ਪਾਇਲ ਨੰਬਰ 1 ਦੀ ਐਨਰਜੀਜ਼ ਆਈਆਂ ਹਨ ਜੀ। ਤੁਸੀਂ ਨਾ ਬਹੁਤ ਹੀ ਨੌਲੇਜ ਵਾਲੇ ਹੋ, ਠੀਕ ਹੈ, ਤੁਸੀਂ ਲੋਕਾਂ ਨੂੰ ਹੀਲ ਕਰ ਸਕਦੇ ਹੋ। ਇੱਥੇ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਬਹੁਤ ਸਾਰੇ ਲੋਕ ਪਾਇਲ ਨੰਬਰ 1 ਵਾਲਿਆਂ ਵਿੱਚੋਂ ਕਿ ਅੱਗੇ ਜਾ ਕੇ ਮੋਟੀਵੇਸ਼ਨ ਵਾਲੇ ਜਿਹੜੇ ਹੁੰਦੇ ਨਾ, ਮੋਟੀਵੇਟ ਕਰਦੇ ਹੈ ਲੋਕਾਂ ਨੂੰ, ਠੀਕ ਹੈ, ਹੀਲ ਕਰਦੇ ਹਨ, ਹੀਲਰ ਬਣ ਸਕਦੇ ਹੋ, ਠੀਕ ਹੈ, ਮੋਟੀਵੇਸ਼ਨਲ ਸਪੀਕਰ ਬਣ ਸਕਦੇ ਹੋ, ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਤੁਹਾਡੇ ਅੰਦਰ ਬਹੁਤ ਨੌਲੇਜ ਹੈ। ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਰਹਿੰਦੇ ਹੋ, ਤੇ ਆਪਣੇ ਆਪ ਨਾਲ ਗੱਲਾਂ ਕਰਨ ਦਾ ਮਤਲਬ ਹੈ ਕਿ ਆਪਣੀ ਇਨਰ ਸੋਲ ਨਾਲ ਗੱਲਾਂ ਕਰਦੇ ਰਹਿੰਦੇ ਹੋ, ਤੇ ਤੁਹਾਡੇ ਅੰਦਰ ਐਸੇ ਐਸੇ ਅੱਛੇ ਅੱਛੇ ਆਈਡੀਆਜ਼, ਪੋਜ਼ਿਟਿਵ ਆਈਡੀਆਜ਼ ਆਉਂਦੇ ਹਨ, ਤਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਲੋਕਾਂ ਦੇ ਨਾਲ ਉਹ ਸ਼ੇਅਰ ਕਰਾਂ, ਉਹ ਹੀ ਆਈਡੀਆਜ਼ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਹੀਲ ਕਰਦੇ ਹੋ। ਅੱਛਾ, ਪਾਇਲ ਨੰਬਰ 1 ਇੱਥੇ ਮੈਨੂੰ ਇਹ ਵੀ ਸਾਫ਼ ਸਾਫ਼ ਦਿਖ ਰਿਹਾ ਹੈ ਕਿ ਤੁਹਾਡੇ ਵਿੱਚ ਨਾ ਲੀਡਰਸ਼ਿਪ ਦੀ ਭਾਵਨਾ ਵੀ ਬਹੁਤ ਜ਼ਿਆਦਾ ਹੈ। ਤੁਸੀਂ ਆਪਣੇ ਆਪ ਨੂੰ ਨਾ ਇੱਕ ਲੀਡਰ ਤੋਂ ਕੋਈ ਘੱਟ ਨਹੀਂ ਸਮਝਦੇ ਹੋ, ਐਵੇਂ ਦਾ ਮੈਨੂੰ ਦਿਖ ਰਿਹਾ ਹੈ। ਤੁਸੀਂ ਆਪਣੇ ਆਪ ਨੂੰ ਰਾਜਾ ਮਹਾਰਾਜਾ ਵਾਂਗ ਸਮਝਦੇ ਹੋ, ਰਾਣੀ ਪ੍ਰਿੰਸੈਸ ਵਾਂਗ ਸਮਝਦੇ ਹੋ, ਹੈ ਨਾ, ਮਤਲਬ ਕਦੀ ਕਦੀ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਵਿਜ਼ੁਅਲਾਈਜ਼ ਵੀ ਕਰਦੇ ਹੋ ਜਦੋਂ ਇਕੱਲੇ ਹੁੰਦੇ ਹੋ ਤਾਂ, ਕਿ ਮੈਂ ਰਾਜਾ ਮਹਾਰਾਜਾ ਹਾਂ ਜਾਂ ਮੈਂ ਕੁਈਨ ਪ੍ਰਿੰਸੈਸ ਹਾਂ, ਮੇਰੇ ਕੋਲ ਸਭ ਚੀਜ਼ਾਂ ਹਨ, ਪੈਸਾ ਹਨ, ਇਸ ਤਰ੍ਹਾਂ ਦਾ ਵੀ ਦਿਖਾਈ ਦੇ ਰਿਹਾ। ਲਗਜ਼ਰੀ ਲਾਈਫ ਜੀਣ ਦੀ ਚਾਹਤ ਰੱਖਦੇ ਹੋ ਤੁਸੀਂ, ਠੀਕ ਹੈ, ਤੇ ਉਹ ਦਿਖ ਰਿਹਾ ਹੈ ਮੈਨੂੰ, ਕਿਉਂਕਿ ਤੁਹਾਡੇ ਅੰਦਰ ਨਾ ਜੋ ਵੀ ਤੁਹਾਡੀਆਂ ਰਾਸ਼ੀਆਂ ਜੋ ਪਾਇਲ ਨੰਬਰ 1 ਵਾਲਿਆਂ ਦੀ ਹੈ ਨਾ, ਤੁਹਾਡੇ ਅੰਦਰ ਫਾਇਰ ਐਨਰਜੀ ਹੈ, ਠੀਕ ਹੈ, ਤੇ ਮੈਨੂੰ ਇਹ ਦਿਖ ਰਿਹਾ ਹੈ ਕਿ ਜੋ ਤੁਸੀਂ ਚਾਹਤ ਰੱਖਦੇ ਹੋ ਨਾ ਲਗਜ਼ਰੀ ਲਾਈਫ ਜੀਣ ਦੀ, ਰਾਜਾ ਮਹਾਰਾਜਾ ਵਾਂਗ ਜੀਣ ਦੀ, ਹੈ ਨਾ, ਤੇ ਉਹ ਤੁਹਾਡੀ ਪੂਰੀ ਹੋਏਗੀ। ਤੁਸੀਂ ਕਿਸੇ ਤੋਂ ਡਰਦੇ ਨਹੀਂ ਹੋ, ਠੀਕ ਹੈ, ਰਿਸਕ ਲੈਂਦੇ ਹੋ, ਠੀਕ ਹੈ, ਇਹ ਨਹੀਂ ਹੈ ਕਿ ਲੋਕ ਸੋਚਦੇ ਹੀ ਰਹਿੰਦੇ ਹਨ, ਪਰ ਐਕਸ਼ਨ ਨਹੀਂ ਲੈਂਦੇ। ਤੁਸੀਂ ਸੋਚਦੇ ਹੋ, ਪੋਜ਼ਿਟਿਵ ਆਈਡੀਆਜ਼ ਆਉਂਦੇ ਹਨ, ਤੇ ਉਹਦੇ ਉੱਤੇ ਤੁਸੀਂ ਐਕਸ਼ਨ ਵੀ ਲੈਂਦੇ ਹੋ। ਤੁਹਾਡਾ ਧਿਆਨ ਨਾ ਹਮੇਸ਼ਾ ਇੱਥੇ ਹੀ ਰਹਿੰਦਾ ਹੈ, ਇਸੀ ਗੱਲ ਤੇ ਫੋਕਸ ਤੁਸੀਂ ਰਹਿੰਦੇ ਹੋ ਕਿ ਪੈਸਾ ਕਿਸ ਤਰ੍ਹਾਂ ਕਮਾਇਆ ਜਾਏ, ਆਪਣਾ ਕਰੀਅਰ ਨੂੰ ਕਿਸ ਤਰ੍ਹਾਂ ਸੈੱਟ ਕਰੀਏ, ਕਿਉਂਕਿ ਤੁਹਾਨੂੰ ਇਹ ਪਤਾ ਹੈ ਕਿ ਲਾਈਫ ਵਿੱਚ ਕਰੀਅਰ ਸੈੱਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇ ਲਾਈਫ ਤੁਹਾਨੂੰ ਪੀਸਫੁਲ ਚਾਹੀਦੀ ਹੈ। ਤਾਂ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਹਾਡਾ ਕਰੀਅਰ ਬਹੁਤ ਅੱਛਾ ਜਾਏਗਾ, ਤੁਹਾਡਾ ਕਰੀਅਰ ਬਹੁਤ ਅੱਛਾ ਜਾਏਗਾ, ਮੈਂ ਰਿਪੀਟ ਕਰ ਰਹੀ ਹਾਂ, ਬਹੁਤ ਗਰੋਥ ਕਰੋਗੇ ਤੁਸੀਂ ਆਪਣੇ ਕਰੀਅਰ ਵਿੱਚ। ਇੱਥੇ ਇਹ ਵੀ ਦਿਖਾਈ ਦੇ ਰਿਹਾ ਹੈ ਪਾਇਲ ਨੰਬਰ 1 ਕਿ ਤੁਹਾਡੇ ਅੰਦਰ ਇਹ ਸ਼ਮਤਾ ਹੈ ਕਿ ਕਿਸ ਤਰ੍ਹਾਂ ਆਪਣਾ ਕੰਮ ਨਿਕਲਵਾਉਣਾ ਹੈ, ਠੀਕ ਹੈ ਨਾ, ਕਿ ਲੋਕਾਂ ਨੂੰ ਕਹਿ ਸਕਦੇ ਹੋ ਕਿ ਆਪਣੀ ਗੱਲਾਂ ਵਿੱਚ ਲੈ ਕੇ, ਠੀਕ ਹੈ, ਤੇ ਆਪਣਾ ਕੰਮ ਤੁਸੀਂ ਬਹੁਤ ਹੀ ਅੱਛੀ ਤਰ੍ਹਾਂ ਨਿਕਾਲ ਲੈਂਦੇ ਹੋ। ਦੇਖੋ, ਮੈਥ
ਗਣਿਤ ਦੇ ਮਾਮਲੇ ਵਿਚ ਵਪਾਰੀ ਜਿਸ ਤਰ੍ਹਾਂ ਕਮਰਸ਼ੀਅਲ ਮਾਮਲੇ ਵਿਚ ਨਾ ਤੁਸੀਂ ਬਹੁਤ ਜਿਆਦਾ ਅੱਗੇ ਹੋ ਸਕਦਾ ਹੈ, ਜੋ ਮੈਂ ਵੀਡੀਓਜ਼ ਦੇਖ ਰਹੇ ਹਾਂ ਉਹਨਾਂ ਨੇ ਕਾਮਰਸ ਕੀਤੀ ਹੋਵੇ ਜਾਂ BBA ਵਗੈਰਾ ਕੀਤਾ ਹੈ ਜਾਂ MBA ਕੀਤਾ ਹੈ, ਤੁਹਾਨੂੰ ਨਾ ਇਸੀ ਸੈਕਟਰ ਦੇ ਵਿਚ ਇਹਨਾਂ ਸੈਕਟਰਾਂ ਦੇ ਵਿਚ ਹੀ ਤੁਹਾਨੂੰ ਜੋਬ ਕਰਨੀ ਚਾਹੀਦੀ ਹੈ, ਇਹਦੇ ਵਿਚ ਹੀ ਤੁਸੀਂ ਬਹੁਤ ਜਿਆਦਾ ਅੱਗੇ ਨਿਕਲੋਗੇ। ਬਿਜ਼ਨਸ ਤੁਹਾਡੀ ਕਿਸਮਤ ਵਿਚ ਹੈ, ਠੀਕ ਹੈ, ਬਿਜ਼ਨਸ ਤੁਸੀਂ ਕਿਹੜਾ ਵੀ ਕਰ ਲੋਗੇ ਨਾ ਉਹ ਵਧੇਗਾ ਫੁੱਲੇਗਾ। ਤੁਹਾਡੀ ਕਿਸਮਤ ਵਿਚ ਨਾ ਪਾਇਲ ਨੰਬਰ 1 ਅਫਸਰ ਜਿਹੜੇ ਹਨ ਨਾ ਮੌਕੇ ਰੱਬ ਦਿੰਦਾ ਹੈ ਨਾ ਉਹ ਤੁਹਾਨੂੰ ਬਹੁਤ ਮਿਲਣਗੇ, ਉਹਦੀ ਕੋਈ ਕਮੀ ਨਹੀਂ ਰਹੇਗੀ। ਇਸ ਦੇ ਨਾਲ ਨਾਲ ਤੁਹਾਨੂੰ ਚਾਹਣ ਵਾਲੇ, ਤੁਹਾਨੂੰ ਪਿਆਰ ਕਰਨ ਵਾਲੇ ਵੀ ਬਹੁਤ ਮਿਲਣਗੇ। ਤੁਹਾਡੀ ਲਾਈਫ ਵਿਚ ਨਾ ਤੁਹਾਨੂੰ ਪਿਆਰ ਕਰਨ ਵਾਲਾ ਕੋਈ ਇੱਕ ਇਨਸਾਨ ਨਹੀਂ ਹੈ, ਬਹੁਤ ਹੈ। ਮੈਨੂੰ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਬਹੁਤ ਸਾਰੇ ਲੋਕ ਤੁਹਾਨੂੰ ਪ੍ਰਪੋਜ਼ ਕਰਦੇ ਹੋਣਗੇ, ਠੀਕ ਹੈ ਨਾ। ਤੇ ਹੋ ਸਕਦਾ ਹੈ ਕਿ ਤੁਹਾਡੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੈ ਕਿ ਹਰ ਕੋਈ ਚਾਹੁੰਦਾ ਹੈ ਤੁਹਾਡੇ ਨਾਲ ਗੱਲ ਕਰਨਾ, ਠੀਕ ਹੈ, ਤੁਹਾਡੇ ਇਰਦ ਗਿਰਦ ਰਹਿਣਾ, ਮਤਲਬ ਪਿਆਰ ਕਰਨ ਵਾਲੇ ਦਿਖ ਰਿਹਾ ਹੈ ਕਿ ਬਹੁਤ ਜ਼ਿਆਦਾ ਹਨ, ਤੁਹਾਨੂੰ ਬਹੁਤ ਲੋਕ ਹੀ ਪਸੰਦ ਕਰਦੇ ਹਨ। ਇਸ ਦੇ ਨਾਲ ਨਾਲ ਤੁਸੀਂ ਵੀ ਮੈਨੂੰ ਦਿਖ ਰਿਹਾ ਹੈ ਕਿ ਮਤਲਬ ਥੋੜੇ ਜਿਹੇ ਫਲਰਟੀ ਨੇਚਰ ਵਾਲੇ ਦਿਖ ਰਹੇ ਹੋ, ਠੀਕ ਹੈ, ਕਿ ਤੁਹਾਡੇ ਮਤਲਬ ਤੁਸੀਂ ਵੀ ਕਨਫਿਊਜ਼ ਰਹਿੰਦੇ ਹੋ ਜਦੋਂ ਬਹੁਤ ਸਾਰੇ ਲੋਕਾਂ ਦੇ ਵਿੱਚ ਤੁਹਾਨੂੰ ਚੁਣਨਾ ਪਵੇ ਨਾ, ਕਿਸੇ ਨੂੰ ਪ੍ਰਪੋਜ਼ ਆ ਰਹੇ ਹਨ ਤੇ ਤੁਹਾਨੂੰ ਲੱਗਦਾ ਕਿ ਮੈਂ ਇਸ ਨੂੰ ਚੁਣਾ ਜਾਂ ਉਸ ਨੂੰ ਚੁਣਾ, ਜਾਂ ਫਿਰ ਤੁਸੀਂ ਵੀ ਉਹ ਸਾਰੇ ਲੋਕਾਂ ਨੂੰ ਆਪਣੇ ਦੋਸਤ ਬਣਾ ਲੈਂਦੇ ਹੋ ਤੇ ਫਲਰਟ ਕਰਦੇ ਹੋ, ਇਸ ਤਰ੍ਹਾਂ ਦਾ ਮੈਨੂੰ ਨਜ਼ਰ ਆ ਰਿਹਾ ਹੈ ਪਾਇਲ ਨੰਬਰ 1। ਤੇ ਇੱਥੇ ਮੈਂ ਦੇਖ ਪਾ ਰਹੀ ਹਾਂ ਕਿ ਬਹੁਤ ਜ਼ਿਆਦਾ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਦੋਸਤ ਹੋਣ ਦੇ ਕਾਰਨ ਹੈ ਨਾ, ਰਿਸ਼ਤੇ ਹੋਣ ਦੇ ਕਾਰਨ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਜੋ ਰਿਲੇਸ਼ਨ ਵਿੱਚ ਹਨ ਨਾ ਉਹਨਾਂ ਨੂੰ ਇਸ ਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਦਰਾਰ ਆ ਸਕਦੀ ਹੈ, ਠੀਕ ਹੈ। ਮੈਨੂੰ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਜੋ ਲੋਕ ਰਿਲੇਸ਼ਨ ਵਿੱਚ ਹਨ ਉਹਨਾਂ ਦਾ ਇੱਕ ਰਿਸ਼ਤਾ ਟੁੱਟ ਚੁੱਕਾ ਹੈ, ਠੀਕ ਹੈ, ਇਸੀ ਦੇ ਕਾਰਨ ਜੋ ਮੈਂ ਤੁਹਾਨੂੰ ਦੱਸਿਆ ਹੈ ਕਿ ਬਹੁਤ ਸਾਰਾ ਆਪਸ਼ਨ ਦੇ ਕਾਰਨ ਤੁਹਾਡਾ ਇੱਕ ਰਿਸ਼ਤਾ ਟੁੱਟ ਚੁੱਕਾ ਹੈ, ਜਿਸ ਦੇ ਨਾਲ ਤੁਹਾਡਾ ਹੁਣ ਸੈਪਰੇਸ਼ਨ ਹੋ ਚੁੱਕਾ ਹੈ, ਤੁਹਾਡੀ ਉਹਦੇ ਨਾਲ ਗੱਲਬਾਤ ਨਹੀਂ ਹੋ ਰਹੀ ਹੈ, ਨੋ ਕੰਟੈਕਟ ਹੈ। ਦੇਖੋ ਪਾਇਲ ਨੰਬਰ 1, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਫਰੈਂਡਲੀ ਹੋ, ਹਰ ਕਿਸੇ ਦੇ ਨਾਲ ਦੋਸਤੀ ਕਰ ਲੈਂਦੇ ਹੋ, ਤਾਂ ਉਸ ਦੇ ਕਾਰਨ ਨਾ ਕਈ ਲੋਕਾਂ ਦੇ ਨਾਲ ਇਸ ਤਰ੍ਹਾਂ ਵੀ ਹੋਇਆ ਹੈ ਕਿ ਜੋ ਤੁਹਾਡਾ ਪਾਰਟਨਰ ਰਹਿ ਚੁੱਕਾ ਹੈ, ਜੋ ਰਿਲੇਸ਼ਨ ਵਿੱਚ ਹੈ, ਤਾਂ ਉਹ ਉਸਦੇ ਮਨ ਵਿੱਚ ਇਹ ਡਰ ਵੀ ਰਹਿੰਦਾ ਹੈ ਕਿ ਕਿਤੇ ਬਹੁਤ ਜ਼ਿਆਦਾ ਚੋਇਸਿਸ ਹੋਣ ਦੇ ਕਾਰਨ ਕਿ ਤੁਸੀਂ ਉਸ ਨੂੰ ਧੋਖਾ ਨਾ ਦੇ ਦਵੋ, ਮੇਲ ਫੀਮੇਲ ਦੋਨਾਂ ਦੇ ਉੱਤੇ ਇਹ ਚੀਜ਼ ਲਾਗੂ ਹੋ ਰਹੀ ਹੈ, ਠੀਕ ਹੈ, ਇਸ ਕਰਕੇ ਵੀ ਤੁਹਾਡਾ ਜੋ ਰਿਲੇਸ਼ਨ ਹੈ ਟੁੱਟਿਆ ਹੋਏਗਾ ਜਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਚੱਲ ਰਹੀ ਹੋਏਗੀ। ਪਰ ਤੁਹਾਡਾ ਦਿਲ ਬਹੁਤ ਸਾਫ਼ ਹੈ, ਠੀਕ ਹੈ, ਗੱਲਾਂ ਕਰਨ ਦਾ ਤਰੀਕਾ ਬਹੁਤ ਅੱਛਾ ਹੈ, ਇਸ ਤਰ੍ਹਾਂ ਗੱਲਾਂ ਕਰਦੇ ਹੋ ਕਿ ਹਰ ਕੋਈ ਤੁਹਾਡੇ ਵੱਲ ਆਕਰਸ਼ਿਤ ਹੋ ਜਾਂਦਾ ਹੈ। ਪਰ ਲਵ ਲਾਈਫ ਵਿੱਚ ਤੁਹਾਡੇ ਇਸ ਕਰਕੇ ਦਿੱਕਤ ਆ ਸਕਦੀ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਪਾਇਲ ਨੰਬਰ 1। ਬਾਕੀ ਤੁਹਾਡੀ ਕਿਸਮਤ ਬਹੁਤ ਜ਼ਿਆਦਾ ਅੱਛੀ ਹੈ, ਆਫਟਰ ਮੈਰਿਜ ਤੁਹਾਡੀ ਲਾਈਫ ਬਹੁਤ ਅੱਛੀ ਰਹਿਣ ਵਾਲੀ ਹੈ, ਬੜੀ ਅੱਛੀ ਤਰ੍ਹਾਂ ਤੁਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰੋਗੇ, ਘੁੰਮੋਗੇ ਫਿਰੋਗੇ, ਬਹੁਤ ਹੀ ਅੱਛੀ ਲਾਈਫ ਦਿਖ ਰਹੀ ਹੈ ਮੈਰਿਜ ਆਫਟਰ ਮੈਰਿਜ, ਤੁਸੀਂ ਪਾਰਟੀਆਂ ਵੀ ਬਹੁਤ ਕਰੋਗੇ, ਤੁਹਾਨੂੰ ਸ਼ੌਂਕ ਹੋਏਗਾ, ਜਾਂ ਤੁਹਾਡੇ ਪਾਰਟਨਰ ਨੂੰ ਵੀ ਪਾਰਟੀਆਂ ਕਰਨ ਦਾ ਬਹੁਤ ਸ਼ੌਂਕ ਹੋਏਗਾ। ਕਹਿਣ ਦਾ ਮਤਲਬ ਹੈ ਆਫਟਰ ਮੈਰਿਜ ਯੂਅਰ ਲਾਈਫ ਵਿਲ ਬੀ ਵੈਰੀ ਹੈਪੀ। ਇਸ ਵੇਲੇ ਬੇਸ਼ੱਕ ਤੁਹਾਡਾ ਰਿਸ਼ਤਾ ਖਰਾਬ ਚੱਲ ਰਿਹਾ ਹੋਵੇ, ਠੀਕ ਹੈ, ਤੁਹਾਡੀ ਜਿਹੜਾ ਵਿਆਹ ਹੈ ਨਾ ਉਹ ਵੀ ਜਦੋਂ ਕਈਆਂ ਦਾ ਵਿਆਹ ਕਿਸ ਤਰ੍ਹਾਂ ਹੁੰਦਾ ਹੈ ਬਹੁਤ ਜਲਦੀ ਹੋ ਜਾਂਦਾ ਹੈ, ਪਰ ਤੁਹਾਡਾ ਵਿਆਹ ਬਿਲਕੁਲ ਸਹੀ ਸਮੇਂ ਤੇ ਹੋਏਗਾ, ਠੀਕ ਹੈ, ਜਿਸ ਤਰ੍ਹਾਂ ਦੀ ਏਜ, ਕਹਿਣ ਦਾ ਮਤਲਬ ਕਿ ਤੁਹਾਡੀ ਸਹੀ ਏਜ ਵਿੱਚ ਵਿਆਹ ਹੋ ਜਾਏਗਾ, ਠੀਕ ਹੈ, ਮੈਰਿਜ ਹੋ ਜਾਏਗੀ ਤੁਹਾਡੀ, ਪਰ ਆਫਟਰ ਮੈਰਿਜ ਬਹੁਤ ਹੀ ਸੁਖੀ ਰਹਿਣ ਵਾਲੇ ਹੋ ਤੁਸੀਂ।
ਪਾਇਲ ਨੰਬਰ 1 ਤੁਹਾਡੀ ਕਿਸਮਤ ਵਿੱਚ ਇਹ ਸਾਫ਼ ਸਪਸ਼ਟ ਤੌਰ ਤੇ ਦਿਖ ਰਿਹਾ ਹੈ ਕਿ ਤੁਸੀਂ ਅੱਛੇ ਬਿਜ਼ਨਸਮੈਨ ਤਾਂ ਬਣੋਗੇ ਹੀ ਬਣੋਗੇ, ਅੱਛੇ ਮੈਨੇਜਰ ਦੀ ਪੋਸਟ ਤੁਹਾਨੂੰ ਮਿਲ ਸਕਦੀ ਹੈ, ਜਾਂ ਫਿਰ ਤੁਸੀਂ ਕੋਈ ਨਾ ਬਹੁਤ ਵੱਡਾ ਸੰਗਠਨ ਦੇ ਇੱਕ ਹਿੱਸਾ ਬਣੋਗੇ, ਠੀਕ ਹੈ, ਬਹੁਤ ਵੱਡਾ ਗਰੁੱਪ ਹੋਏਗਾ, ਜਾਂ ਫਿਰ ਤੁਸੀਂ ਕੋਈ NGO ਵੀ ਚਲਾ ਸਕਦੇ ਹੋ ਜਿਸ ਦੇ ਮਾਲਿਕ ਤੁਸੀਂ ਖੁਦ ਹੋਵੋਗੇ, ਖੁਦ ਚਲਾਓਗੇ। ਦੇ ਨਾਲ ਨਾਲ ਤੁਸੀਂ ਨਾ ਇੱਕ ਟੀਚਰ ਬਣਨ ਦੀ ਵੀ ਤੁਹਾਡੇ ਵਿੱਚ ਚਾਹ ਹੈ, ਠੀਕ ਹੈ, ਟੀਚਰ ਬਣਨਾ ਚਾਹੁੰਦੇ ਹੋ, ਠੀਕ ਹੈ। ਪਤਾ ਨਹੀਂ ਕਿਉਂ ਇੱਥੇ ਦਿਖਾਈ ਦੇ ਰਿਹਾ ਹੈ, ਕੁਝ ਲੋਕਾਂ ਨੂੰ ਇੱਥੇ ਇੰਟਰਸਟ ਹੈ ਜੋ ਮੇਰੀ ਵੀਡੀਓ ਦੇਖ ਰਹੇ ਹਨ ਪਾਇਲ ਨੰਬਰ 1 ਵਾਲੇ, ਕਿ ਉਹਨਾਂ ਨੂੰ ਟੈਰੋ ਕਾਰਡ ਰੀਡਿੰਗ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਦਿਖ ਰਿਹਾ ਹੈ। ਤੇ ਦੇਖੋ, ਜੇ ਤੁਹਾਡੇ ਅੰਦਰ ਇਹ ਸਿੱਖਣ ਦੀ ਚਾਹ ਹੈ ਤਾਂ ਤੁਸੀਂ ਇਹ ਸਿੱਖ ਸਕਦੇ ਹੋ, ਠੀਕ ਹੈ। ਤੁਸੀਂ ਤੁਹਾਨੂੰ ਜੋ ਤੁਹਾਡਾ ਮਨ ਕਰਦਾ ਹੈ ਉਸਨੂੰ ਕਦੀ ਵੀ ਦਬਾਣਾ ਨਹੀਂ ਚਾਹੀਦਾ, ਠੀਕ ਹੈ। ਤਾਂ ਤੁਸੀਂ ਜੇ ਜੋ ਵੀ ਕੋਰਸ ਕਰੋਗੇ ਨਾ, ਜੇ ਤੁਸੀਂ ਟੀਚਰ ਦਾ ਕਰ ਰਹੇ ਹੋ, ਹੀਲਰ ਦਾ ਕਰ ਰਹੇ ਹੋ, ਜਾਂ ਟੈਰੋ ਕਾਰਡ ਦਾ ਜਾਂ ਤੁਹਾਡੇ ਵਿੱਚ ਹੈ, ਸਪਿਰਚੁਐਲਿਟੀ ਦਾ ਵੀ ਜੇ ਤੁਹਾਡੇ ਵਿੱਚ ਹੈ, ਤਾਂ ਉਹ ਜਿਹੜਾ ਵੀ ਕੋਰਸ ਕਰੋਗੇ ਉਹਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ, ਇਸ ਤਰ੍ਹਾਂ ਦਾ ਵੀ ਤੁਹਾਡੀ ਕਿਸਮਤ ਵਿੱਚ ਦਿਖਾਈ ਦੇ ਰਿਹਾ ਹੈ। ਤੁਹਾਡੇ ਫਿਊਚਰ ਬਾਰੇ ਕੁਝ ਇਸ ਤਰ੍ਹਾਂ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਆਉਣਗੀਆਂ ਜਿਸ ਦੇ ਵਿੱਚ ਤੁਹਾਨੂੰ ਲੜਨਾ ਪਏਗਾ, ਹਿੰਮਤ ਨਹੀਂ ਹਾਰਨੀ ਹੈ, ਠੀਕ ਹੈ, ਕਿਉਂਕਿ ਸਫਲਤਾ ਤਾਂ ਦਿਖਾਈ ਦੇ ਹੀ ਰਹੀ ਹੈ, ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਹੈ। ਤਾਂ ਹਿੰਮਤ ਨਹੀਂ ਹਾਰਨੀ ਹੈ ਕਿਉਂਕਿ ਤੁਸੀਂ ਅੱਗੇ ਵਧੋਗੇ, ਤਾਂ ਕੁਝ ਲੋਕ ਤੁਹਾਡੇ ਤੋਂ ਜ਼ਰੂਰ ਜਲਣਗੇ, ਠੀਕ ਹੈ। ਇੱਥੇ ਜਲਣ ਵਾਲੇ ਲੋਕ ਦਿਖਾਈ ਦੇ ਰਹੇ ਹਨ, ਐਵੇਂ ਦਾ ਨਹੀਂ ਹੈ ਕਿ ਪਾਇਲ ਨੰਬਰ 1 ਤੁਹਾਡੇ ਦੁਸ਼ਮਣ ਨਹੀਂ ਹਨ, ਤੁਹਾਡੇ ਦੁਸ਼ਮਣ ਹਨ ਜੋ ਤੁਹਾਡੀ ਸਫਲਤਾ ਨੂੰ ਦੇਖ ਕੇ ਸੜਦੇ ਹਨ ਇਸ ਵੇਲੇ ਵੀ, ਅੱਗੇ ਫਿਊਚਰ ਵਿੱਚ ਵੀ। ਜਦੋਂ ਤੁਸੀਂ ਕਾਮਯਾਬੀ ਦਾ ਸਫ਼ਰ ਕਰੋਗੇ ਨਾ, ਪਾਰ ਕਰੋਗੇ, ਤਾਂ ਉਸ ਵੇਲੇ ਉਹ ਲੋਕ ਤੁਹਾਡੇ ਦੁਸ਼ਮਣ ਬਣਨਗੇ, ਸੜਨਗੇ ਤੁਹਾਡੀ ਸਫਲਤਾ ਨੂੰ ਦੇਖ ਕੇ। ਪਰ ਤੁਸੀਂ ਉਧਰ ਧਿਆਨ ਨਹੀਂ ਦੇਣਾ ਹੈ, ਆਪਣਾ ਰਸਤਾ ਤੁਸੀਂ ਪਾਰ ਕਰਦੇ ਰਹਿਣਾ ਹੈ। ਅੰਤ ਵਿੱਚ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ ਕਿ ਆਪਣੀ ਜੀਵਨ ਦੇ ਅੰਤਿਮ ਪੜਾਵ ਵਿੱਚ, ਠੀਕ ਹੈ, ਤੁਸੀਂ ਨਾ ਆਪਣਾ ਮੋਹ, ਕਹਿੰਦੇ ਹਨ ਨਾ ਕਿ ਮੋਕਸ਼ ਤੁਸੀਂ ਧਾਰਨ ਕਰ ਲੋਗੇ, ਪਰਿਵਾਰ ਦਾ ਮੋਹ, ਬੱਚਿਆਂ ਦਾ ਮੋਹ, ਜੋ ਵੀ ਹੈ ਨਾ, ਉਸ ਤੋਂ ਤੁਸੀਂ ਹਟ ਜਾਓਗੇ ਤੇ ਪਰਮਾਤਮਾ ਦੇ ਨਾਲ ਜੁੜ ਜਾਓਗੇ। ਇਸ ਤਰ੍ਹਾਂ ਦਾ ਵੀ ਤੁਹਾਡਾ ਫਿਊਚਰ ਦਿਖਾਈ ਦੇ ਰਿਹਾ ਹੈ ਜੀਵਨ ਦੇ ਆਖਰੀ ਪੜਾਵ ਵਿੱਚ। ਕਹਿਣ ਦਾ ਮਤਲਬ ਨਾ, ਤੁਹਾਨੂੰ ਕਿਸੇ ਚੀਜ਼ ਦੇ ਨਾਲ ਲਗਾਵ ਨਹੀਂ ਰਹੇਗਾ, ਠੀਕ ਹੈ, ਪਿਆਰ ਰਹੇਗਾ ਆਪਣੀ ਫੈਮਿਲੀ ਨਾਲ, ਪਰਿਵਾਰ ਨਾਲ ਪਿਆਰ ਰਹੇਗਾ। ਪਰ ਕਹਿੰਦੇ ਹਨ ਨਾ ਕਿ ਮਤਲਬ ਇਸ ਇੱਕ ਸਮਾਂ ਐਸਾ ਆਉਂਦਾ ਹੈ ਕਿ ਜਦੋਂ ਤੁਹਾਨੂੰ ਸੰਸਾਰਿਕ ਚੀਜ਼ਾਂ ਤੋਂ, ਮੋਹ ਮਾਇਆ ਤੋਂ ਸਭ ਲਗਾਵ ਹਟ ਜਾਂਦਾ ਹੈ। ਇੱਥੇ ਕੁਝ ਲੋਕ ਤਾਂ ਮੈਨੂੰ ਇਸ ਵੇਲੇ ਵੀ ਇੱਥੇ ਇਸ ਤਰ੍ਹਾਂ ਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਨਾ ਇਹਨਾਂ ਚੀਜ਼ਾਂ ਵਿੱਚ ਲਗਾਵ ਨਹੀਂ ਹੈ, ਸੰਸਾਰਿਕ ਚੀਜ਼ਾਂ ਵਿੱਚ ਲਗਾਵ ਨਹੀਂ ਹੈ, ਇਸ ਤਰ੍ਹਾਂ ਦਾ ਵੀ ਨਜ਼ਰ ਆ ਰਿਹਾ ਹੈ। ਜੇ ਰੈਜ਼ੋਨੇਟ ਕੀਤਾ ਹੈ, ਜੇ ਮੇਰੀ ਵੀਡੀਓ ਜੋ ਦੇਖ ਰਹੇ ਹਨ ਉਹਨਾਂ ਨੂੰ ਜੇ ਇਸ ਤਰ੍ਹਾਂ ਦਾ ਕਨੈਕਟ ਹੋਇਆ ਹੈ, ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਨਾ। ਸੋ ਪਾਇਲ ਨੰਬਰ 1 ਐਸੀ ਤੁਹਾਡੀ ਰੀਡਿੰਗ ਬਹੁਤ ਹੀ ਅੱਛੀ ਰੀਡਿੰਗ ਆਈ ਹੈ, ਪੋਜ਼ਿਟਿਵ ਰੀਡਿੰਗ ਆਈ ਹੈ, ਬਹੁਤ ਸਾਰੀਆਂ ਖੁਸ਼ੀਆਂ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਮਿਲਣ ਵਾਲੀਆਂ ਹਨ, ਬਹੁਤ ਹੀ ਅੱਛੇ ਬਿਜ਼ਨਸਮੈਨ ਬਣੋਗੇ, ਲਵ ਲਾਈਫ ਤੁਹਾਡੀ ਬਹੁਤ ਅੱਛੀ ਰਹਿਣ ਵਾਲੀ ਹੈ, ਠੀਕ ਹੈ, ਹਰ ਚੀਜ਼ ਵਿੱਚ ਤੁਹਾਨੂੰ ਜ਼ਰੂਰ ਕਾਮਯਾਬੀ ਮਿਲੇਗੀ। ਥੋੜੀਆਂ ਚੀਜ਼ਾਂ ਦੀਆਂ ਜੋ ਕਮੀਆਂ ਹਨ, ਦੁੱਖ ਆਉਣਗੇ, ਉਹਨਾਂ ਦਾ ਤੁਸੀਂ ਖੁਸ਼ ਹੋ ਕੇ ਬਹਾਦਰ ਬਣ ਕੇ ਸਾਹਮਣਾ ਕਰਨਾ ਹੈ। ਸੋ ਜੇ ਤੁਹਾਨੂੰ ਇਹ ਮੇਰੀ ਰੀਡਿੰਗ ਪਸੰਦ ਆਈ ਹੈ ਤਾਂ ਪਲੀਜ਼ ਕਮੈਂਟ ਜ਼ਰੂਰ ਕਰਨਾ ਜੀ। ਤੇ ਚਲੋ ਜੀ, ਹੁਣ ਦੇਖ ਲੈਂਦੇ ਹਾਂ ਪਾਇਲ ਨੰਬਰ 2 ਵਾਲਿਆਂ ਦੀ ਰੀਡਿੰਗ, ਕੀ ਲਿਖਿਆ ਹੈ ਉਹਨਾਂ ਦੀ ਕਿਸਮਤ ਵਿੱਚ ਐਸਾ ਜੋ ਕਿ ਹੋ ਕੇ ਹੀ ਰਹੇਗਾ। ਓਕੇ, ਫਸਟ ਕਾਰਡ, ਅੱਛਾ ਠੀਕ ਹੈ, ਦੱਸਦੀ ਹਾਂ ਤੁਹਾਨੂੰ ਥੋੜ੍ਹਾ ਜਿਹਾ, ਮੈਂ ਇੱਕ ਦੋ ਕਾਰਡ ਹੋਰ ਕੱਢ ਲੈਂਦੀ ਹਾਂ। ਦੇਖੋ ਪਾਇਲ ਨੰਬਰ 2
ਥੋੜਾ ਜਿਹਾ ਮੈਨੂੰ ਇੱਥੇ ਥੋੜਾ ਜਿਹਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਤੁਹਾਡੀ ਲਾਈਫ ਵਿੱਚ ਨਾ ਬਹੁਤ ਜ਼ਿਆਦਾ ਸਟਰਗਲ ਲਿਖਿਆ ਹੈ। ਠੀਕ ਹੈ, ਬਚਪਨ ਤੋਂ ਹੀ ਨਾ ਤੁਹਾਡਾ ਜੀਵਨ ਥੋੜਾ ਜਿਹਾ ਸੰਘਰਸ਼ਪੂਰਨ ਰਿਹਾ ਹੈ, ਸਟਰਗਲ ਵਾਲਾ ਰਿਹਾ ਹੈ। ਜਦੋਂ ਤੋਂ ਤੁਸੀਂ ਪੈਦਾ ਹੋਏ ਹੋ ਨਾ, ਤੁਸੀਂ ਆਪਣੀ ਫੈਮਿਲੀ ਵਿੱਚ ਦੇਖਿਆ ਹੋਏਗਾ ਕਿ ਚੀਜ਼ਾਂ ਜ਼ਿਆਦਾ ਅੱਛੀਆਂ ਨਹੀਂ ਰਹੀਆਂ ਹਨ। ਓਕੇ, ਤਾਂ ਕਿ ਫੈਮਿਲੀ ਵਿੱਚ ਬੱਚਿਆਂ ਨੂੰ ਮਿਲਦੀ ਹੈ ਅੱਛੀ ਐਜੂਕੇਸ਼ਨ, ਠੀਕ ਹੈ, ਅੱਛੇ ਸਕੂਲ ਵਿੱਚ ਦਾਖਲਾ, ਅੱਛਾ ਖਾਣ ਪਾਨ, ਹੈ ਨਾ, ਅੱਛੇ ਕੱਪੜੇ, ਮਤਲਬ ਹਰ ਚੀਜ਼ਾਂ, ਗੇਮਸ ਖੇਡਣਾ ਬੱਚੇ ਨੂੰ, ਇਸ ਤਰ੍ਹਾਂ ਮਿਲਦਾ ਹੈ। ਤਾਂ ਇਸ ਤਰ੍ਹਾਂ ਤਾਂ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਤੁਹਾਨੂੰ ਬਚਪਨ ਵਿੱਚ ਇਹ ਸਭ ਨਾ ਚੀਜ਼ਾਂ ਨਹੀਂ ਮਿਲੀਆਂ ਹਨ। ਤੁਹਾਡੇ ਪੇਰੈਂਟਸ ਨੇ ਨਾ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਕੁਛ ਉਹਨਾਂ ਦੀ ਫਾਈਨੈਂਸ਼ਲੀ ਜੋ ਸਿਚੁਏਸ਼ਨ ਇਸ ਤਰ੍ਹਾਂ ਦੀ ਰਹੀ ਹੋਏਗੀ, ਆਰਥਿਕ ਸਥਿਤੀ ਦੇ ਕਾਰਨ ਤੁਹਾਡਾ ਸਕੂਲ ਵੀ ਛੁਡਵਾਉਣ ਦੀ ਕੋਸ਼ਿਸ਼ ਕੀਤੀ ਹੋਏਗੀ ਜਾਂ ਛੁਡਵਾ ਦਿੱਤਾ ਹੋਏਗਾ। ਕੁਝ ਲੋਕਾਂ ਨੇ ਤਾਂ ਫਿਰ ਵੀ ਸੰਘਰਸ਼ ਕਰਕੇ, ਸਟਰਗਲ ਕਰਕੇ ਆਪਣੀ ਪੜ੍ਹਾਈ ਕਿਸੇ ਤਰ੍ਹਾਂ ਕਿਵੇਂ ਤਿਵੇਂ ਪੂਰੀ ਕੀਤੀ ਹੈ, ਪਰ ਕੁਝ ਲੋਕਾਂ ਨੂੰ ਉਹ ਪੜ੍ਹਾਈ ਵਿੱਚੇ ਹੀ ਛੱਡਣੀ ਪਈ। ਤੁਹਾਨੂੰ ਕਿਸੇ ਦਾ ਸਹਿਯੋਗ ਨਹੀਂ ਮਿਲਿਆ ਹੈ, ਜਾਂ ਕਹਿ ਸਕਦੇ ਹੋ ਆਪਣੀ ਫੈਮਿਲੀ ਦਾ ਵੀ ਤੁਹਾਨੂੰ ਕਈਆਂ ਨੂੰ ਇੱਥੇ ਸਹਿਯੋਗ ਨਹੀਂ ਮਿਲਿਆ ਹੈ। ਸਟਰਗਲ ਇੰਨਾ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਜੋਬ ਵਾਸਤੇ ਵੀ ਕਿਸੇ ਅਪਲਾਈ ਕੀਤਾ ਹੈ ਤਾਂ ਤੁਹਾਨੂੰ ਨੌਕਰੀ ਵੀ ਬੜੀ ਮੁਸ਼ਕਿਲ ਆਈ ਹੈ ਉਸਦੇ ਵਿੱਚ। ਜੇ ਨੌਕਰੀ ਮਿਲੀ ਵੀ ਹੈ ਨਾ, ਤਾਂ ਇਸ ਤਰ੍ਹਾਂ ਦੀ ਨੌਕਰੀ ਮਿਲੀ ਹੈ ਕਿ ਮਤਲਬ ਉਹ ਸੈਲਰੀ ਦੇ ਵਿੱਚ ਮਸਾਂ ਹੀ ਗੁਜ਼ਾਰਾ ਹੁੰਦਾ ਹੈ, ਠੀਕ ਹੈ, ਆਪਣਾ ਹੀ ਮਸਾਂ ਗੁਜ਼ਾਰਾ ਹੁੰਦਾ ਹੈ, ਇਸ ਤਰ੍ਹਾਂ ਦਾ ਮੈਂ ਦੇਖ ਪਾ ਰਹੀ ਹਾਂ ਪਾਇਲ ਨੰਬਰ 2। ਇਸ ਕਰਕੇ ਜੋ ਜੋਬ ਕਰ ਰਹੇ ਹਨ ਨਾ, ਤਾਂ ਤੁਸੀਂ ਬਹੁਤ ਤੰਗ ਹੋ, ਇਸ ਜੋਬ ਨੂੰ ਛੋੜਨਾ ਚਾਹੁੰਦੇ ਹੋ, ਕਿਉਂਕਿ ਕਾਫੀ ਸਮੇਂ ਤੋਂ ਉਹੀ ਸੈਲਰੀ ਹੈ, ਸੈਲਰੀ ਨਹੀਂ ਵੱਧ ਰਹੀ ਹੈ, ਪ੍ਰਮੋਸ਼ਨ ਨਹੀਂ ਹੋ ਰਿਹਾ ਹੈ, ਇਨਸੈਂਟਿਵਸ ਨਹੀਂ ਮਿਲ ਰਹੇ ਹਨ, ਤੇ ਕਿਤੇ ਨਾ ਕਿਤੇ ਬਹੁਤ ਫਰਸਟ੍ਰੇਸ਼ਨ ਵਿੱਚ ਚੱਲ ਰਹੇ ਹੋ ਤੁਸੀਂ, ਠੀਕ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਜੀਵਨ ਵਿੱਚ ਤੁਹਾਡੇ ਮੈਨੂੰ ਸਟਰਗਲ ਨਜ਼ਰ ਆ ਰਿਹਾ ਹੈ। ਤੁਸੀਂ ਜਿੱਧਰ ਵੀ ਜਾਂਦੇ ਹੋ ਨਾ, ਉੱਥੇ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ ਹੈ, ਜਾਂ ਫਿਰ ਇੱਥੇ ਦਿਖਾਈ ਦੇ ਰਿਹਾ ਹੈ ਕਿ ਬਹੁਤ ਜ਼ਿਆਦਾ ਕਈ ਲੋਕ ਐਸੇ ਹਨ ਇੱਥੇ ਜੋ ਗੌਰਮੈਂਟ ਜੋਬ, ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹਨ, ਤੇ ਉੱਥੇ ਤਾਂ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਵਿੱਚ ਇਹ ਵੀ ਚੱਲ ਰਿਹਾ ਹੈ ਕਿ ਬੜਾ ਜ਼ਿਆਦਾ ਇੱਥੇ ਕੰਪੀਟੀਸ਼ਨ ਹੋ ਗਿਆ ਹੈ, ਤਾਂ ਬੜਾ ਹੀ ਮੁਸ਼ਕਿਲ ਹੈ ਕਿ ਮੈਂ ਇੱਥੇ ਕੁਆਲੀਫਾਈ ਕਰ ਜਾਵਾਂ। ਇਸ ਤਰ੍ਹਾਂ ਦੀਆਂ ਥਿੰਕਿੰਗ ਤੁਹਾਡੇ ਪਾਇਲ ਨੰਬਰ 2 ਦਿਮਾਗ ਵਿੱਚ ਚੱਲ ਰਹੀਆਂ ਹਨ, ਜਾਂ ਫਿਰ ਜੋ ਗੌਰਮੈਂਟ ਜੋਬ ਦੀ, ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹਨ, ਉੱਥੇ ਵੀ ਕਿਧਰੇ ਨਾ ਕਿਧਰੇ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਅਪਲਾਈ ਕੀਤਾ ਹੋਇਆ ਹੈ ਤਾਂ ਕੁਝ ਨਾ ਕੁਝ ਇੰਟਰਵਿਊ ਵਿੱਚ ਰਹਿ ਜਾਂਦੇ ਹੋ, ਜਾਂ ਫਿਰ ਇਗਜ਼ਾਮ ਦੇ ਰਹੇ ਹੋ ਤਾਂ ਫਸਟ ਇਗਜ਼ਾਮ ਕਲੀਅਰ ਹੋ ਗਿਆ ਤਾਂ ਮੇਨ ਇਗਜ਼ਾਮ ਵਿੱਚ ਰਹਿ ਜਾਂਦੇ ਹੋ। ਇਸ ਤਰ੍ਹਾਂ ਦੀ ਮੈਨੂੰ ਐਨਰਜੀਜ਼ ਦਿਖਾਈ ਦੇ ਰਹੀਆਂ ਹਨ। ਤੇ ਇਸ ਫਰਸਟ੍ਰੇਸ਼ਨ ਦੇ ਚਲਦੇ ਨਾ ਤੁਸੀਂ ਕਈ ਵਾਰੀ ਬਹੁਤ ਹੀ ਜ਼ਿਆਦਾ ਗਲਤ ਫੈਸਲੇ, ਬੇਵਕੂਫੀ ਭਰੇ ਕਹਿ ਸਕਦੇ ਹਾਂ, ਫੈਸਲੇ ਲਿੱਤੇ ਹਨ, ਜੋ ਕਿ ਬਾਅਦ ਚੋਂ ਤੁਹਾਨੂੰ ਵੀ ਲੱਗਦਾ ਹੈ ਕਿ ਮੈਂ ਇਹ ਕੀ ਕਰ ਦਿੱਤਾ। ਠੀਕ ਹੈ, ਬਹੁਤ ਜ਼ਿਆਦਾ ਸਟਰਗਲ ਚੱਲ ਰਿਹਾ, ਪਰ ਤੁਸੀਂ ਇਸ ਸਟਰਗਲ ਦੇ ਚਲਦੇ ਹੋਏ ਵੀ ਕਦੀ ਰੁਕੇ ਨਹੀਂ ਹੋ, ਬਹੁਤ ਜ਼ਿਆਦਾ ਹਿੰਮਤੀ ਹੋ, ਠੀਕ ਹੈ, ਸਾਹਸੀ ਹੋ, ਕਦੀ ਵੀ ਥੱਕ ਹਾਰ ਕੇ ਨਹੀਂ ਬੈਠਦੇ, ਲੜਦੇ ਹੋ। ਲੜਨ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਮਾਰਨ ਜਾਂਦੇ ਹੋ, ਮਤਲਬ ਆਪਣੇ ਦੁੱਖਾਂ, ਆਪਣੀ ਪਰੇਸ਼ਾਨੀਆਂ ਤੋਂ ਲੜਦੇ ਹੋ। ਦੇਖੋ ਪਾਇਲ ਨੰਬਰ 2, ਇਹ ਨਹੀਂ ਹੈ ਕਿ ਤੁਸੀਂ, ਤੁਹਾਨੂੰ ਨੌਲੇਜ ਨਹੀਂ ਹੈ, ਤੁਸੀਂ ਬੁੱਧੀਮਾਨ ਨਹੀਂ ਹੋ, ਤੁਹਾਡੇ ਵਿੱਚ ਦਿਮਾਗ ਹੈ, ਤੁਸੀਂ ਤੇਜ਼ ਹੋ, ਪਰ ਬਹੁਤ ਜ਼ਿਆਦਾ ਫਰਸਟ੍ਰੇਟ ਹੋ। ਠੀਕ ਹੈ, ਸਟਰਗਲ ਚੱਲ ਰਿਹਾ ਤੁਹਾਡੇ ਲਾਈਫ ਵਿੱਚ, ਕਿਤੇ ਜੋਬ ਵੀ ਕਰ ਰਹੇ ਹੋ ਨਾ, ਤਾਂ ਉੱਥੇ ਤੁਹਾਨੂੰ ਬੌਸ ਵੀ ਇਹੋ ਜਿਹਾ ਮਿਲ ਜਾ ਰਿਹਾ ਹੈ ਕਿ ਉਹ ਤੁਹਾਨੂੰ ਡੋਮੀਨੇਟ ਕਰਦਾ ਹੈ। ਠੀਕ ਹੈ, ਹੁਣ ਇੱਥੇ ਮੈਂ ਦੇਖ ਪਾ ਰਹੀ ਹਾਂ ਪਾਇਲ ਨੰਬਰ 2 ਕਿ ਰਿਸ਼ਤਿਆਂ ਵਿੱਚ ਵੀ ਤੁਹਾਨੂੰ ਬਹੁਤ ਧੋਖਾ ਮਿਲਿਆ ਹੈ। ਇੱਕ ਤਾਂ ਬਚਪਨ ਤੋਂ ਸੰਘਰਸ਼ ਭਰਿਆ ਤੁਹਾਡਾ ਜੀਵਨ ਰਿਹਾ ਹੈ, ਠੀਕ ਹੈ, ਦੂਸਰਾ ਤੁਹਾਨੂੰ ਰਿਸ਼ਤੇ ਵਿੱਚ ਵੀ ਧੋਖਾ
ਪਿਆਰ ਜੋ ਤੁਸੀਂ ਕਿਸੇ ਦੇ ਨਾਲ ਕੀਤਾ ਹੈ ਨਾ, ਦੂਸਰੇ ਨੇ ਤੁਸੀਂ ਆਪਣਾ 100% ਦਿੱਤਾ ਹੈ, ਪਰ ਸਾਹਮਣੇ ਵਾਲੇ ਨੇ ਤੁਹਾਨੂੰ ਧੋਖਾ ਦਿੱਤਾ ਹੈ। ਇਸ ਤਰ੍ਹਾਂ ਦਾ ਦਿਖ ਰਿਹਾ ਹੈ ਕਿ ਬੜੀ ਵੱਡੀ ਰਿਸ਼ਤੇ ਦੇ ਵਿੱਚ ਜਦੋਂ ਤੁਹਾਡਾ ਟੁੱਟਿਆ ਹੈ ਨਾ, ਐਸੀ ਰਿਸ਼ਤੇ ਦੀ ਬਹੁਤ ਵੱਡੀ ਸਿਚੁਏਸ਼ਨ ਵਿੱਚੋਂ ਨਿਕਲੇ ਹੋ, ਬਹੁਤ ਹੀ ਜ਼ਿਆਦਾ ਪੇਨਫੁਲ ਸਿਚੁਏਸ਼ਨ ਵਿੱਚੋਂ ਬਹੁਤ ਜ਼ਿਆਦਾ ਤੁਹਾਡਾ ਦਿਲ ਦੁਖਾਇਆ ਗਿਆ ਹੈ। ਇੱਥੇ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਹੈ ਪਾਇਲ ਨੰਬਰ 2 ਕਿ ਤੁਸੀਂ ਆਪਣਾ ਰਿਸ਼ਤਾ ਬਹੁਤ ਅੱਛੀ ਤਰ੍ਹਾਂ ਨਿਭਾਇਆ, ਠੀਕ ਹੈ। ਤੁਸੀਂ ਹਮੇਸ਼ਾ ਆਪਣੇ ਪਾਰਟਨਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਹਰ ਤਰਫ ਤੋਂ, ਪੈਸਿਆਂ ਤੋਂ, ਫਿਜ਼ੀਕਲ ਵੀ ਹੋਏ, ਇਸ ਤਰ੍ਹਾਂ ਦਾ ਵੀ ਦਿਖਾਈ ਦੇ ਰਿਹਾ ਹੈ, ਪਰ ਸਾਹਮਣੇ ਵਾਲੇ ਨੇ ਫਿਰ ਤੁਹਾਨੂੰ ਚੂਰ ਚੂਰ ਕਰ ਦਿੱਤਾ, ਠੀਕ ਹੈ। ਤੁਹਾਡਾ ਅਪਮਾਨ ਵੀ ਬਹੁਤ ਕੀਤਾ, ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ, ਜਲੀਲ ਕੀਤਾ ਹੈ, ਪੂਰੀ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ ਕਿ ਤੁਹਾਨੂੰ ਨਿਚੋੜ ਕੇ ਰੱਖ ਦਿੱਤਾ, ਤੁਹਾਨੂੰ ਤੋੜ ਕੇ ਰੱਖ ਦਿੱਤਾ। ਪਰਿਵਾਰ ਵਿੱਚ ਵੀ ਤੁਹਾਨੂੰ ਕੋਈ ਅੱਛਾ ਨਹੀਂ ਸਮਝਿਆ ਜਾਂਦਾ, ਪਰਿਵਾਰ ਵਿੱਚ ਵੀ ਤੁਹਾਡਾ ਅਪਮਾਨ ਹੀ ਕੀਤਾ ਜਾਂਦਾ ਹੈ, ਉੱਥੇ ਵੀ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਚਲੋ ਜੀ, ਮੈਂ ਹੁਣ ਹੋਰ ਕਾਰਡਸ ਕੱਢਦੀ ਹਾਂ ਕਿ ਤੁਹਾਡੀ ਕਿਸਮਤ ਵਿੱਚ ਹੁਣ ਅੱਗੇ ਕੀ ਲਿਖਿਆ ਹੈ। ਇਹ ਤਾਂ ਕਰੰਟ ਸਿਚੁਏਸ਼ਨ ਚੱਲ ਰਹੀ ਹੈ, ਜੇ ਤੁਹਾਡੇ ਨਾਲ ਰੈਜ਼ੋਨੇਟ ਕੀਤੀ ਹੈ ਤਾਂ ਪਲੀਜ਼ ਮੈਨੂੰ ਦੱਸਣਾ, ਕਮੈਂਟ ਕਰਕੇ ਜ਼ਰੂਰ। ਓਕੇ, ਹਾਂ ਹਾਂ, ਅੱਛਾ ਜੀ, ਓਕੇ। ਪਾਇਲ ਨੰਬਰ 2, ਦੇਖੋ ਭਲੇ ਤੁਹਾਡੀ ਲਾਈਫ ਬਹੁਤ ਸਟਰਗਲ ਵਾਲੀ ਰਹੀ ਹੈ, ਪਰ ਕਿਸਮਤ ਵਿੱਚ ਕੀ ਲਿਖਿਆ ਆਇਆ ਹੈ ਨਾ, ਯੂਨੀਵਰਸ ਤੁਹਾਨੂੰ ਦੱਸ ਰਹੇ ਹਨ ਕਿ ਅੱਗੇ ਚੱਲ ਕੇ, ਠੀਕ ਹੈ, ਇਹ ਲਿਖਿਆ ਹੈ, ਇਸਨੂੰ ਕੋਈ ਬਦਲ ਨਹੀਂ ਸਕਦਾ। ਕਿਸੇ ਕੰਪਨੀ ਦੇ ਬਹੁਤ ਅੱਛੇ ਤੁਸੀਂ ਬੌਸ ਬਣੋਗੇ, ਠੀਕ ਹੈ। ਤੁਹਾਡੇ ਅੰਡਰ ਬਹੁਤ ਸਾਰੇ ਲੋਕ ਕੰਮ ਕਰਨਗੇ, ਤੁਹਾਡੇ ਅੰਡਰ ਇੰਪਲੋਏ ਹੋਣਗੇ, ਜੋ ਤੁਹਾਡਾ ਹੁਣ ਇਸ ਸਮੇਂ ਸਿਚੁਏਸ਼ਨ ਚੱਲ ਰਹੀ ਹੈ ਨਾ ਕਿ ਬੌਸ ਤੁਹਾਨੂੰ ਡੋਮੀਨੇਟ ਕਰਦਾ ਹੈ ਤਾਂ ਤੁਹਾਡਾ ਨੌਕਰੀ ਛੱਡਣ 'ਤੇ ਮਨ ਕਰਦਾ ਹੈ, ਪਰ ਅੱਗੇ ਜਾ ਕੇ ਤੁਸੀਂ ਕੰਪਨੀ ਦੇ ਬੌਸ ਬਣਨ ਵਾਲੇ ਹੋ। ਇਸ ਤਰ੍ਹਾਂ ਦਾ ਕਾਰਡ, ਇਸ ਤਰ੍ਹਾਂ ਦੀ ਐਨਰਜੀ ਸਾਹਮਣੇ ਆ ਗਈਆਂ ਹਨ। ਪਾਇਲ ਨੰਬਰ 2, ਮਾਈ ਡੀਅਰ, ਤੇ ਕਿਧਰੇ ਨਾ ਕਿਧਰੇ ਜੋ ਤੁਸੀਂ ਸੱਚੇ ਪਿਆਰ ਦੀ ਤਲਾਸ਼ ਵਿੱਚ ਹੋ ਨਾ, ਹੈ ਨਾ, ਸੱਚੇ ਪਿਆਰ ਦੀ ਤਲਾਸ਼ ਵਿੱਚੋਂ ਤੁਹਾਨੂੰ ਧੋਖਾ ਬਹੁਤ ਮਿਲਿਆ ਹੈ, ਤਾਂ ਤੁਹਾਡੀ ਲਾਈਫ ਵਿੱਚ ਇੱਕ ਐਸਾ ਪਰਸਨ ਆਉਣ ਵਾਲਾ ਹੈ, ਠੀਕ ਹੈ ਨਾ। ਇਸ ਦੇ ਨਾਲ ਨਾਲ ਸਪਸ਼ਟ ਰੂਪ ਤੇ ਕਾਰਡਸ ਆਏ ਹਨ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸ ਰਹੀ ਹਾਂ। ਜਦੋਂ ਤੁਸੀਂ ਬੌਸ ਬਣ ਜਾਓਗੇ ਨਾ ਕਿਸੇ ਕੰਪਨੀ ਦੇ, ਤਾਂ ਤੁਸੀਂ ਬੜੇ ਸਟ੍ਰਿਕਟ ਰਹਿਣ ਵਾਲੇ ਹੋ, ਬਹੁਤ ਸਖਤ ਮਿਜਾਜ, ਮਤਲਬ ਕਿ ਤੁਹਾਡਾ ਇਸ ਤਰ੍ਹਾਂ ਦਾ ਨੇਚਰ ਹੋ ਜਾਏਗਾ ਕਿ ਤੁਸੀਂ ਤੁਹਾਡੇ ਅੰਡਰ ਜੋ ਕੰਮ ਕਰਦੇ ਹਨ ਬਿਲਕੁਲ ਡਿਸਿਪਲਿਨ ਵਿੱਚ ਉਹਨਾਂ ਨੂੰ ਰੱਖੋਗੇ, ਅੱਛੀ ਗੱਲ ਹੈ, ਠੀਕ ਹੈ। ਤੇ ਜਿੰਨੀ ਵੀ ਤੁਸੀਂ ਕਮੀ ਦੇਖੀ ਹੈ ਨਾ ਆਪਣੀ ਬਚਪਨ ਤੋਂ ਲੈ ਕੇ ਹੁਣ ਤੱਕ, ਅੱਗੇ ਜਾ ਕੇ ਉਹ ਕਮੀ ਪੂਰੀ ਕਰਨ ਵਾਲਾ ਹੈ ਯੂਨੀਵਰਸ, ਪਰਮਾਤਮਾ, ਅੱਲਾ, ਈਸ਼ਵਰ, ਹਾਂਜੀ। ਇਹ ਬਿਲਕੁਲ ਮੈਂ ਤੁਹਾਨੂੰ ਕਹਿ ਰਹੀ ਹਾਂ, ਕ੍ਰਿਸਟਲ ਕਲੀਅਰ ਦਿਖਾਈ ਦੇ ਰਿਹਾ ਹੈ। ਤੁਸੀਂ, ਤੁਹਾਡੀ ਆਪਣੀ ਪ੍ਰੋਪਰਟੀ ਬਣੇਗੀ, ਠੀਕ ਹੈ, ਤੁਹਾਡਾ ਆਪਣਾ ਘਰ ਬਣੇਗਾ, ਇੰਨਾ ਪੈਸਾ ਤੁਹਾਡੇ ਕੋਲ ਆਉਣ ਵਾਲਾ ਹੈ, ਕਰੀਅਰ ਤੁਹਾਡਾ ਬਹੁਤ ਅੱਗੇ ਵਧੇਗਾ, ਜਿਸ ਦੇ ਨਾਲ ਤੁਹਾਨੂੰ ਇੰਨੇ ਅੱਛੇ ਅਵਸਰ ਮਿਲਣਗੇ ਕਿ ਤੁਹਾਨੂੰ ਇੰਨੇ ਅਵਸਰ ਮਿਲਣਗੇ ਕਿ ਕਿਸ ਪਾਸੇ ਮੈਂ ਜਾਵਾਂ, ਤੁਹਾਨੂੰ ਸੋਚਣ ਤੇ ਮਜਬੂਰ ਹੋ ਜਾਓਗੇ, ਇੰਨੇ ਅੱਛੇ ਵਾਲੇ ਅਵਸਰ ਆਉਣਗੇ, ਕਿਉਂਕਿ ਓਪਰਚੁਨਿਟੀਜ਼ ਬਹੁਤ ਅੱਛੀਆਂ ਆਉਣ ਵਾਲੀਆਂ ਹਨ ਤੁਹਾਡੀ ਲਾਈਫ ਵਿੱਚ ਅੱਗੇ ਜਾ ਕੇ। ਪਾਇਲ ਨੰਬਰ 2,
ਤੁਹਾਡੇ ਲਾਈਫ ਦੇ ਜਿੰਨੇ ਵੀ ਸੁਪਨੇ ਹਨ ਨਾ ਉਹ ਸੱਚ ਹੋਣਗੇ। ਤੁਹਾਡਾ ਆਪਣਾ ਘਰ ਹੋਏਗਾ, ਮੈਂ ਤੁਹਾਨੂੰ ਦੱਸਿਆ ਹੈ, ਆਪਣੀ ਗੱਡੀ, ਠੀਕ ਹੈ, ਲਵ ਲਾਈਫ ਦਾ ਅੱਛਾ, ਤੁਹਾਡਾ ਜੋ ਲਵ ਪਾਰਟਨਰ ਤੁਹਾਨੂੰ ਮਿਲੇਗਾ ਜੋ ਤੁਹਾਨੂੰ ਦਿਲ ਤੋਂ ਪਿਆਰ ਕਰੇਗਾ, ਠੀਕ ਹੈ ਨਾ। ਹੁਣ ਤੱਕ ਬੇਸ਼ੱਕ ਤੁਸੀਂ ਧੋਖੇ ਖਾਦੇ ਹੋਣ, ਹੁਣ ਤੱਕ ਬੇਸ਼ੱਕ ਤੁਸੀਂ ਬਹੁਤ ਜ਼ਿਆਦਾ ਦੁਖੀ ਰਹੇ ਹੋ, ਪਰ ਤੁਹਾਡੀ ਆਉਣ ਵਾਲੀ ਲਾਈਫ ਵਿੱਚ ਇਹ ਹੋ ਕੇ ਹੀ ਰਹੇਗਾ, ਇਹ ਹੋ ਕੇ ਹੀ ਰਹੇਗਾ, ਠੀਕ ਹੈ ਨਾ। ਜਿਸ ਵੇਲੇ ਤੁਸੀਂ ਅਮੀਰ ਬਣੋਗੇ, ਦੇਖੋ ਕਿਉਂਕਿ ਕਿਸਮਤ ਵਿੱਚ ਇੱਥੇ ਤੁਹਾਡੀ ਡੈਸਟੀਨੀ ਦਿਖਾ ਰਹੀ ਹੈ ਕਿ ਤੁਸੀਂ ਬਹੁਤ ਰਿਚ ਪਰਸਨ ਬਣਨ ਵਾਲੇ ਹੋ, ਅਮੀਰ ਬਣਨ ਵਾਲੇ ਹੋ, ਪਰ ਇੱਥੇ ਇਹ ਵੀ ਦਿਖਾਈ ਦੇ ਰਿਹਾ ਹੈ ਪਾਇਲ ਨੰਬਰ 2, ਜਦੋਂ ਤੁਸੀਂ ਅਮੀਰ ਬਣ ਜਾਓਗੇ, ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਏਗਾ ਤਾਂ ਤੁਸੀਂ ਦੂਜਿਆਂ ਦੀ ਮਦਦ ਕਰਨ ਵਾਲੇ ਹੋ, ਠੀਕ ਹੈ, ਕਿਉਂਕਿ ਤੁਸੀਂ ਐਕਸਪੀਰੀਅੰਸ ਲਿੱਤਾ ਹੋਇਆ ਹੈ, ਤੁਸੀਂ ਇੰਨੀ ਆਰਥਿਕ ਤੰਗੀ ਤੋਂ ਨਿਕਲ ਕੇ ਆ ਰਹੇ ਹੋ, ਤੁਸੀਂ ਇੰਨੀ ਗਰੀਬੀ ਦੇਖੀ ਹੈ ਤਾਂ ਤੁਹਾਨੂੰ ਫੀਲਿੰਗਸ ਹੈ, ਮਹਿਸੂਸ ਹੈ, ਤੁਹਾਨੂੰ ਉਸ ਚੀਜ਼ ਦਾ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਸ ਵੇਲੇ ਪੈਸੇ ਨਹੀਂ ਹੁੰਦੇ, ਠੀਕ ਹੈ, ਸਾਹਮਣੇ ਵਾਲਾ ਕਿਵੇਂ ਤੁਹਾਨੂੰ ਡੋਮੀਨੇਟ ਕਰਦਾ ਹੈ, ਅਪਮਾਨਿਤ ਕਰਦਾ ਹੈ, ਠੀਕ ਹੈ ਨਾ। ਜਾਂ ਪੜ੍ਹਾਈ ਕਰਨ ਦੇ ਲਈ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹੁੰਦੇ ਹਨ, ਤਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ। ਇਸ ਕਰਕੇ ਤੁਸੀਂ ਜਿਨ੍ਹਾਂ ਬੱਚਿਆਂ ਦੀ ਪੜ੍ਹਾਈ ਵਿੱਚ ਰਹਿ ਗਈ ਹੈ ਉਹਨਾਂ ਦੀ ਮਦਦ ਕਰਨ ਵਾਲੇ ਹੋ, ਜੋ ਵੀ ਮਤਲਬ ਜੋ ਵੀ ਜਿਸ ਨੂੰ ਸਹੀ ਤਰੀਕੇ ਵਿੱਚ ਮਦਦ ਦੀ ਜ਼ਰੂਰਤ ਹੋਏਗੀ ਉਹਨਾਂ ਦੀ ਤੁਸੀਂ ਮਦਦ ਕਰਨ ਵਾਲੇ ਹੋ, ਜੋ ਕਿ ਬਹੁਤ ਅੱਛੀ ਗੱਲ ਹੈ, ਠੀਕ ਹੈ। ਪਾਇਲ ਨੰਬਰ 2, ਤੁਸੀਂ ਵਿਦੇਸ਼ ਵੀ ਜਾਣ ਵਾਲੇ ਹੋ, ਵਿਦੇਸ਼ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਮੌਕੇ, ਪੈਸੇ ਕਮਾਉਣ ਦੇ ਮੌਕੇ ਮਿਲਣਗੇ, ਓਪਰਚੁਨਿਟੀਜ਼ ਮਿਲਣਗੀਆਂ, ਇਸ ਤਰ੍ਹਾਂ ਦਾ ਤੁਹਾਡਾ ਹੋ ਕੇ ਹੀ ਰਹੇਗਾ। 7 ਆਫ ਕੱਪਸ ਦਾ ਕਾਰਡ ਹੈ ਜੀ, ਦੇਖੋ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਪਾਇਲ ਨੰਬਰ 2, ਜੋ ਕਿ ਬਹੁਤ ਹੀ ਖਾਸ ਗੱਲ ਹੈ, ਮਹੱਤਵਪੂਰਨ ਇੰਪੋਰਟੈਂਟ ਗੱਲ ਹੈ ਕਿ ਆਪਣੇ ਦੇਸ਼ ਤੋਂ ਜ਼ਿਆਦਾ ਤੁਹਾਨੂੰ ਵਿਦੇਸ਼ ਵਿੱਚ ਬਹੁਤ ਅੱਛਾ ਖਾਸਾ ਲਾਭ ਮਿਲੇਗਾ ਪੈਸਿਆਂ ਦਾ। ਤੁਸੀਂ ਕਿਸੇ ਵੀ ਮਕਸਦ ਪਿੱਛੇ ਜੇਕਰ ਵਿਦੇਸ਼ ਜਾਣਾ ਚਾਹੁੰਦੇ ਹੋ, ਸਟੱਡੀ ਵਾਸਤੇ, ਜੋਬ ਵਾਸਤੇ, ਜਾਂ ਫਿਰ ਤੁਸੀਂ ਕੋਈ ਇਸ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ, ਹੈ ਨਾ, ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕਰਦੇ ਹੋ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਵਿਦੇਸ਼ ਤੋਂ ਤੁਹਾਨੂੰ ਬਹੁਤ ਜ਼ਿਆਦਾ ਅੱਛਾ ਖਾਸਾ ਲਾਭ ਮਿਲਣ ਵਾਲਾ ਹੈ, ਮਤਲਬ ਆਪਣੇ ਦੇਸ਼ ਤੋਂ ਜ਼ਿਆਦਾ ਤੁਹਾਨੂੰ ਬਾਹਰ ਵਿਦੇਸ਼ ਤੋਂ ਅੱਛਾ ਲਾਭ ਮਿਲੇਗਾ, ਅੱਛੇ ਮੌਕੇ ਮਿਲਣਗੇ, ਪੈਸੇ ਕਮਾਉਣ ਦੇ ਮੌਕੇ ਮਿਲਣਗੇ। ਔਰ ਇਹ ਤੁਹਾਡੇ ਨਾਲ ਹੋ ਕੇ ਹੀ ਰਹੇਗਾ ਕਿ ਆਪਣੇ ਦੇਸ਼ ਤੋਂ ਜ਼ਿਆਦਾ ਵਿਦੇਸ਼ ਦੀ ਜੋ ਇਨਕਮ ਹੈ ਉਸ ਨੂੰ ਜ਼ਿਆਦਾ ਜਨਰੇਟ ਕਰੋਗੇ, ਠੀਕ ਹੈ। ਓਕੇ, ਦੇਖੋ ਜੀ ਪਾਇਲ ਨੰਬਰ 2, ਇੱਕ ਇਸ ਤਰ੍ਹਾਂ ਦਾ ਕਾਰਡ ਆਇਆ ਹੈ ਕਿ ਤੁਹਾਨੂੰ ਜੋ ਸੋਲਮੇਟ ਮਿਲੇਗਾ ਨਾ, ਹੁਣ ਜੋ ਤੁਹਾਡੀ ਲਾਈਫ ਵਿੱਚ ਪਰਸਨ ਆਏਗਾ, ਉਹ ਇਨਸਾਨ ਆਏਗਾ, ਉਹ ਇਸ ਜਨਮ ਦਾ ਨਹੀਂ, ਉਸ ਪਿਛਲੇ ਜਨਮ ਦਾ ਰਿਸ਼ਤਾ ਰਹੇਗਾ ਤੁਹਾਡੇ ਨਾਲ। ਸਮਝ ਸਕਦੇ ਹੋ ਕਿ ਪਿਛਲੇ ਜਨਮ ਦਾ ਪਿਆਰ ਤੁਹਾਨੂੰ ਇਸ ਜਨਮ ਵਿੱਚ ਮਿਲਣ ਵਾਲਾ ਹੈ, ਉਹ ਤੁਹਾਡਾ ਬਹੁਤ ਮਤਲਬ ਜੋ ਤੁਸੀਂ ਹੁਣ ਪਿਆਰ ਵਿੱਚ ਧੋਖੇ ਖਾ ਚੁੱਕੇ ਹੋ ਨਾ, ਉਹ ਪੂਰੀ ਇਸ ਕਮੀ ਨੂੰ ਪੂਰੀ ਕਰ ਦੇਗਾ। ਬਹੁਤ ਅੱਛਾ ਤੁਹਾਡੇ ਨਾਲ ਟਵਿਨ ਫਲੇਮ ਹੈ, ਠੀਕ ਹੈ, ਬਹੁਤ ਅੱਛੀ ਅੰਡਰਸਟੈਂਡਿੰਗ ਰਹਿਣ ਵਾਲੀ ਹੈ, ਬਹੁਤ ਅੱਛਾ ਪਰਸਨ ਲਾਈਫ ਵਿੱਚ ਤੁਹਾਡੇ ਆਉਣ ਵਾਲਾ ਹੈ। ਓਕੇ, ਯੂਨੀਵਰਸ ਤੁਹਾਨੂੰ ਕਹਿ ਰਹੀ ਹੈ, ਬੇਸ਼ੱਕ ਤੁਹਾਡਾ ਜੀਵਨ ਬਹੁਤ ਜ਼ਿਆਦਾ ਸਟਰਗਲ, ਬਹੁਤ ਸੰਘਰਸ਼ਪੂਰਨ ਰਿਹਾ ਹੈ,
ਜਿੰਨੇ ਮਰਜ਼ੀ ਤੁਹਾਡੇ ਦੁੱਖ ਪਰੇਸ਼ਾਨੀਆਂ ਤੁਹਾਡੀ ਲਾਈਫ ਵਿੱਚ ਆਉਣ, ਪਰ ਤੁਸੀਂ ਰੁਕਣਾ ਨਹੀਂ ਹੈ, ਅੱਗੇ ਵੱਧਦੇ ਜਾਣਾ ਹੈ, ਕਿਉਂਕਿ ਤੁਹਾਨੂੰ ਯੂਨੀਵਰਸ ਨੇ ਦਿਖਾ ਦਿੱਤਾ ਹੈ, ਕਿਉਂਕਿ ਤੁਹਾਨੂੰ ਇਸ ਵੇਲੇ ਹਨੇਰਾ ਹੈ ਨਾ, ਤੁਹਾਨੂੰ ਉਹ ਲਾਸਟ ਵਿੱਚ ਉਹ ਰੋਸ਼ਨੀ ਦਾ ਜੋ ਦੀਪਕ ਜਲ ਰਿਹਾ ਹੈ ਉਹ ਤੁਹਾਨੂੰ ਨਜ਼ਰ ਨਹੀਂ ਆ ਰਹੀ ਹੈ, ਤੇ ਪਰਮਾਤਮਾ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਇਹਨਾ ਹੋਵੇ ਕਿ ਲੋਕੀ ਥੱਕ ਜਾਣ, ਇੰਨੇ ਦੁੱਖ ਉਹਨਾਂ ਦੀ ਲਾਈਫ ਚ ਆ ਰਹੇ ਹਨ ਕਿ ਹੁਣ ਕੁਛ ਨਹੀਂ ਹੋ ਸਕਦਾ, ਤੁਹਾਨੂੰ ਦੱਸ ਦਿੱਤਾ ਗਿਆ ਹੈ ਕਿ ਅੱਗੇ ਚਲਦੇ ਜਾਓ, ਲਾਸਟ ਵਿੱਚ ਉਹ ਰੋਸ਼ਨੀ ਹੈ, ਉੱਥੇ ਤੁਸੀਂ ਕਾਮਯਾਬ ਹੋਣਾ ਹੈ, ਰਿਚ ਪਰਸਨ ਬਣਨਾ ਹੈ, ਅਮੀਰ ਪਰਸਨ ਬਣਨਾ ਹੈ, ਤੁਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਆਪਣੇ ਪੈਸਿਆਂ ਨਾਲ, ਇਸ ਤਰ੍ਹਾਂ ਯੂਨੀਵਰਸ ਕਹਿ ਰਹੀ ਹੈ, ਤੁਹਾਡੇ ਨਾਲ ਹੋ ਕੇ ਹੀ ਰਹੇਗਾ, ਬਹੁਤ ਹੀ ਅੱਛਾ ਸੋਲਮੇਟ ਆਏਗਾ ਜਿਸ ਦਾ ਪੁਰਾਣੇ ਪਿਛਲੇ ਜਨਮ ਤੋਂ ਜਿਸ ਦਾ ਤੁਹਾਡੇ ਨਾਲ ਰਿਸ਼ਤਾ ਹੈ, ਅੱਛੀਆਂ ਅੱਛੀਆਂ ਚੀਜ਼ਾਂ ਹੈ, ਸੁਣ ਕੇ ਹੀ ਅੱਛਾ ਲੱਗ ਰਿਹਾ ਹੋਏਗਾ ਤੁਹਾਨੂੰ, ਇਹ ਸਭ ਹੋਣ ਵਾਲਾ ਹੈ। ਪਾਇਲ ਨੰਬਰ 2 ਡੀਅਰ, ਇੱਥੇ ਦਿਖਾਈ ਦੇ ਰਿਹਾ ਹੈ ਕਿ ਪਾਇਲ ਨੰਬਰ 2 ਜੋ ਮੇਰੀ ਵੀਡੀਓ ਦੇਖ ਰਹੇ ਹਨ ਕਿ ਉਹ ਬਹੁਤ ਅੱਛੇ ਦੇਸ਼ ਭਗਤ ਹਨ, ਠੀਕ ਹੈ, ਦੇਸ਼ ਨਾਲ ਬਹੁਤ ਜ਼ਿਆਦਾ ਤੁਹਾਨੂੰ ਆਪਣੇ ਲਗਾਵ ਹੈ, ਤੇ ਕੋਈ ਲੋਕ ਇੱਥੇ ਆਰਮੀ ਵਿੱਚ ਵੀ ਜਾਣਾ ਚਾਹੁੰਦੇ ਹਨ, ਤੇ ਮੈਨੂੰ ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਬਹੁਤ ਅੱਛੇ ਦੇਸ਼ ਭਗਤ ਬਣੋਗੇ, ਆਰਮੀ ਵਿੱਚ ਤੁਹਾਡੀ ਜੌਬ ਲੱਗ ਸਕਦੀ ਹੈ, ਤੁਸੀਂ ਨਾ ਫਿਲੋਸਫਰ ਵੀ ਬਣ ਸਕਦੇ ਹੋ, ਇਸ ਤਰ੍ਹਾਂ ਦਾ ਵੀ ਮੈਨੂੰ ਦਿਖ ਰਿਹਾ ਹੈ ਕਿ ਹੁੰਦਾ ਹੈ ਨਾ ਲਾਈਫ ਗਾਈਡ ਬਣਦੇ ਹੈ ਕਈ ਲੋਕ, ਕਿ ਆਪਣੀ ਉਹਨਾਂ ਦੀ ਜ਼ਿੰਦਗੀ ਦਾ ਰਸਤਾ ਦਿਖਾਉਂਦੇ ਹੈ ਕਈ ਲੋਕ ਦੂਜਿਆਂ ਨੂੰ, ਇਸ ਤਰ੍ਹਾਂ ਦਾ ਵੀ ਦਿਖ ਰਿਹਾ ਹੈ ਕਿ ਕਈ ਲੋਕ ਪਾਇਲ ਨੰਬਰ 2 ਇਹ ਵੀ ਤੁਸੀਂ ਬਣ ਸਕਦੇ ਹੋ। ਸੋ ਪਾਇਲ ਨੰਬਰ 2 ਤੁਹਾਡੇ ਵਾਸਤੇ ਇਹ ਹੀ ਮੈਸੇਜ ਆਇਆ ਹੈ ਯੂਨੀਵਰਸ ਦਾ ਕਿ ਤੁਹਾਡੇ ਵਾਸਤੇ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਹਨ, ਬਹੁਤ ਅੱਛੇ ਅਵਸਰ ਹਨ ਹਰ ਚੀਜ਼ ਵਿੱਚ, ਤੁਸੀਂ ਆਪਣੀ ਲਾਈਫ ਵਿੱਚ ਜੋ ਸਟਰਗਲ ਕੀਤਾ ਹੈ, ਜਿਨ੍ਹਾਂ ਲੋਕਾਂ ਨੇ ਤੁਹਾਡਾ ਅਪਮਾਨ ਕੀਤਾ ਹੈ, ਤੁਹਾਨੂੰ ਗਲਤ ਠਹਿਰਾਇਆ ਹੈ, ਤੇ ਜਿਸ ਵੇਲੇ ਤੁਹਾਡੇ ਕੋਲ ਇੰਨਾ ਪੈਸਾ ਆਏਗਾ ਤੁਸੀਂ ਅਮੀਰ ਬਣ ਜਾਓਗੇ ਨਾ, ਉਹ ਲੋਕ ਹੀ ਤੁਹਾਨੂੰ ਦੇਖ ਕੇ ਹੈਰਾਨ ਤਾਂ ਹੋਣਗੇ ਹੀ ਹੋਣਗੇ, ਖੜੇ ਹੋ ਕੇ ਤੁਹਾਡੇ ਵਾਸਤੇ ਲਾਈਨ ਵਿੱਚ ਤਾਲੀਆਂ ਮਾਰਨਗੇ, ਤੇ ਉਸ ਵੇਲੇ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਅਸੀਂ ਜੋ ਇਸ ਇਨਸਾਨ ਦੇ ਨਾਲ ਕੀਤਾ ਸੀ ਉਹ ਗਲਤ ਸੀ, ਜਿੰਨੇ ਵੀ ਲੋਕਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ, ਠੀਕ ਹੈ, ਗਲਤ ਠਹਿਰਾਇਆ ਹੈ, ਉਹਨਾਂ ਦੀ ਸਭ ਦੀ ਜੋ ਤੁਹਾਨੂੰ ਯੂਨੀਵਰਸ ਅੱਗੇ ਜਾ ਕੇ ਦੇਣ ਵਾਲੇ ਹਨ ਨਾ, ਉਹ ਦੇਖ ਕੇ ਉਹਨਾਂ ਦੀ ਨਜ਼ਰ, ਉਹਨਾਂ ਦੀ ਅੱਖਾਂ ਫਟੀਆਂ ਦੀ ਫਟੀਆਂ ਰਹਿਣ ਵਾਲੀਆਂ ਹਨ। ਤੇ ਪਾਇਲ ਨੰਬਰ 2 ਜਿਸ ਵੇਲੇ ਤੁਸੀਂ ਰਿਚ ਪਰਸਨ ਬਣ ਜਾਓਗੇ ਨਾ, ਅਮੀਰ ਆਦਮੀ ਬਣ ਜਾਓਗੇ, ਤਾਂ ਇਹੀ ਲੋਕ ਨਾ ਤੁਹਾਡੇ ਵੱਲ ਆਉਣ ਦੀ ਦੁਬਾਰਾ ਕੋਸ਼ਿਸ਼ ਕਰਨਗੇ, ਇਹ ਸਾਫ਼ ਤੌਰ 'ਤੇ ਦਿਖ ਰਿਹਾ ਹੈ, ਤੁਹਾਨੂੰ ਆਪਣੀਆਂ ਗੱਲਾਂ ਵਿੱਚ ਘੁਮਾਣਗੇ, ਹੈ ਨਾ, ਕਿਉਂਕਿ ਪੈਸਾ ਆ ਜਾਏਗਾ ਤੁਹਾਡੇ ਕੋਲ, ਜਿੱਥੇ ਗੁੜ ਹੁੰਦਾ ਹੈ ਉੱਥੇ ਤਾਂ ਮੱਖੀਆਂ ਆਉਂਦੀਆਂ ਹਨ, ਉਸ ਵੇਲੇ ਤੁਸੀਂ ਇਹਨਾਂ ਜੋ ਲੋਕ ਹਨ ਉਹਨਾਂ ਤੋਂ ਦੂਰ ਰਹਿਣਾ ਹੈ, ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਚੱਲ ਜਾਏਗਾ ਕਿ ਅੱਜ ਤੁਹਾਡੀ ਹੈਸੀਅਤ ਦੇਖ ਕੇ ਇਹ ਲੋਕ ਉਹੀ ਲੋਕ ਹਨ ਜਿਨ੍ਹਾਂ ਨੇ ਤੁਹਾਡਾ ਅਪਮਾਨ ਕੀਤਾ ਸੀ, ਪਰ ਅੱਜ ਤੁਹਾਡੀ ਹੈਸੀਅਤ ਦੇਖ ਕੇ, ਤੁਹਾਡਾ ਅਹੁਦਾ ਦੇਖ ਕੇ ਫਿਰ ਤੋਂ ਤੁਹਾਡੇ ਕੋਲ ਆ ਰਹੇ ਹਨ। ਸੋ ਐਸੀ ਪਾਇਲ ਨੰਬਰ 2 ਵਾਲਿਆਂ ਦੀ ਰੀਡਿੰਗ, ਬਿਲਕੁਲ ਵੀ ਤੁਸੀਂ ਨਿਰਾਸ਼ ਨਹੀਂ ਹੋਣਾ ਹੈ, ਅੱਗੇ ਜਾ ਕੇ ਤੁਹਾਡੇ ਵਾਸਤੇ ਬਹੁਤ ਅੱਛੇ ਅਵਸਰ ਹਨ, ਬਹੁਤ ਅੱਛਾ ਸੋਲਮੇਟ ਆ ਰਿਹਾ ਹੈ, ਬਿਲਕੁਲ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਯੂਨੀਵਰਸ ਤੋਂ ਬੜਾ ਹੀ ਪਿਆਰਾ ਮੈਸੇਜ ਆਇਆ ਹੈ ਜੀ। ਜੇਕਰ ਤੁਹਾਨੂੰ ਇਹ ਰੀਡਿੰਗ ਅੱਛੀ ਲੱਗੀ ਹੈ ਤਾਂ ਕਮੈਂਟ ਜ਼ਰੂਰ ਕਰਨਾ, ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।